अपने सेवक की आप राख है, आप नाम जपावे, आप नाम जपावे। तन तन सतगुरु गुरु नानक देव साहिब जी महाराज पावन पवित्र उपदेश दी दात श्री जप जी साहब दे राहीं बख्शिश कर रहे हैं। सो पावन उपदेश जो महाराज ने कृपा की है दो पौड़ियों के विच बख्शिश किया है, गुरसिखी का बहुत ज्यादा सिद्धांत 80% सिद्धांत पहलियां दो पौड़ियों विच ही आ चुका है। गुरसिख ने रहना किवें जीना किवें है, सो हुण सिद्धा ने जो बेनतियां कीतियां ने महाराज सच्चे पातशाह जी नूं, कुछ प्रश्न हैं कि किस प्रकार उस परमात्मा अकाल पुरख वाहेगुरु नूं कौन गायन करता है। सो जिस विच जिन्ना क बल हुंदा उन्ना की वह परमात्मा नूं गा रहा, ये भी सिद्धां दे अंदर दी इक चलाकी सी कि जे कोई महाराज किसी बारे दसणगे कि उहदे तान नूं फलाना बंदा गाउंदा उहदे बल नूं गाउंदा है तां इत्थों अंदाजा हो जाएगा कि चलो कोई बंदा उहदे गुण गा सकदा जां उहदे बल दा अंदाजा लगाया जा सकदा, क्योंकि बहुत तेज दिमाग तेज बुद्धियां जिन्हां सिद्धां दियां सन ਸਿਆਣਪਾਂ ਚਤੁਰਾਈਆਂ ਦੇ ਨਾਲ ਹਰ ਇੱਕ ਨੂੰ ਜਿੱਤ ਲੈਣ ਵਾਲੇ ਸਿੱਧ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਿੱਤਣਾ ਚਾਹੁੰਦੇ ਹਨ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਪਹਿਲਾ ਭਾਵ ਇਹ ਹੈ ਕਿ ਜੇ ਕਿਸੇ 'ਚ ਬਲ ਹੋਵੇ ਤਾਂ ਹੀ ਉਹਦੇ ਬਲ ਨੂੰ ਕਥਨ ਕਰੇਗਾ। ਸੋ ਜਿੰਨਾ ਕਿਸੇ ਦਾ ਬਲ ਹੈ ਉਨਾ ਹੀ ਬਲ ਉਹ ਦੂਸਰੇ ਦਾ ਗਾ ਸਕਦਾ ਪਰਮੇਸ਼ੁਰ ਦਾ। ਜਿਵੇਂ ਉਦਾਹਰਣ ਵਜੋਂ 5 ਕਿਲੋ ਦਾ ਵੱਟਾ 5 ਕਿਲੋ ਹੀ ਚੀਜ਼ ਤੋਲ ਸਕਦਾ। ਜੇ ਅਸੀਂ ਕਹੀਏ 5 ਕਿਲੋ ਦਾ ਵੱਟਾ 100 ਕਿਲੋ ਨੂੰ ਤੋਲ ਦੇਵੇ ਉਹ ਤਾਂ ਮੁਸ਼ਕਲ ਹੈ ਉਹਦੇ ਵਾਸਤੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੋਏ ਸਿੱਧੋ ਜਿਹੜੀ ਮਨੁੱਖ ਦੀ ਬੁੱਧੀ ਹੈ ਇਹ ਤਾਂ ਪਰਮਾਤਮਾ ਦੇ ਸਾਹਮਣੇ ਕੁਛ ਵੀ ਨਹੀਂ ਹੈ, ਉਹ ਤਾਂ ਇੰਨਾ ਜ਼ਿਆਦਾ ਵੱਡਾ ਹੈ। ਘੱਟ ਤੋਂ ਘੱਟ ਸਭ ਤੋਂ ਛੋਟਾ 1 ਗ੍ਰਾਮ ਹੁੰਦਾ, ਉਹਦੇ ਵਿੱਚ ਵੀ ਫਿਰ ਅੱਗੇ ਰੱਤੀਆਂ ਹੁੰਦੀਆਂ ਨੇ। ਏਕ ਰੱਤੀ ਬਿਨ ਏਕ ਰੱਤੀ ਕੇ, ਲਾਲੜੀ ਵੀ ਕਹਿੰਦੇ ਉਹਨੂੰ, ਰੱਤੀ ਬਿਲਕੁਲ ਥੋੜ੍ਹਾ ਜਿਹਾ ਭਾਰ ਜਿਸ ਇਨਸਾਨੀ ਬੁੱਧੀ ਦਾ ਹੈ ਉਹ ਇੰਨਾ ਵੱਡਾ ਜੋ ਪਰਮਾਤਮਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ, ਫਿਰ ਉਹ ਪਰਮਾਤਮਾ ਦੇ ਬਲ ਨੂੰ ਸਧਾਰਨ ਬੁੱਧੀ ਮਨੁੱਖ ਦੀ ਕਿਵੇਂ ਗਾ ਸਕਦੀ। ਸੰਪੂਰਨ ਰੂਪ ਵਿੱਚ ਉਹਨੂੰ ਗਾਇਆ ਨਹੀਂ ਜਾ ਸਕਦਾ। ਹਾਂ ਇੰਨਾ ਹੋ ਸਕਦਾ ਹੈ, ਦੂਸਰੇ ਭਾਵ ਅਰਥ ਵਿੱਚ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਕਹਿੰਦੇ ਜਿੰਨਾ ਕਿਸੇ 'ਚ ਬਲ ਹੁੰਦਾ ਉਹਦੇ ਅਨੁਸਾਰ ਹੀ ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ। ਜਿਵੇਂ ਚਿੜੀ ਆਪਣੇ ਥਾਂ ਗਾਉਂਦੀ ਹੈ, ਕੀੜੀ ਆਪਣੇ ਥਾਂ ਬੋਲਦੀ ਹੈ, ਮਨੁੱਖ ਆਪਣੇ ਥਾਂ ਬੋਲਦਾ ਹੈ। ਹੁਣ ਜਿੰਨਾ ਜਿੰਨਾ ਕਿਸੇ 'ਚ ਬਲ ਹੈ, ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋਵੈ ਲੱਖ ਵੀਸ, ਇਹ ਤਾਂ ਅਵਸਥਾ ਹੈ। ਕੋਈ ਸਧਾਰਨ ਜਿਆਸੋ ਇੱਕ ਜ਼ੁਬਾਨ ਨਾਲ ਗਾਉਂਦਾ, ਕੋਈ ਰੋਮ ਰੋਮ ਉਸਨੂੰ ਗਾਉਂਦਾ, ਕਿਸੇ ਨੂੰ ਪਰਮਾਤਮਾ ਚਾਰੇ ਪਾਸੇ ਹੀ ਨਜ਼ਰ ਆਉਂਦਾ, ਉਹਦੇ ਬਲ ਨਾਲ ਪਰਮਾਤਮਾ ਦੇ ਬਲ ਦਾ ਸਦਕਾ ਪਰਮਾਤਮਾ ਨੂੰ ਗਾਉਂਦਾ। ਜਿੰਨੀ ਕਿਸੇ ਵਿੱਚ ਹਿੰਮਤ ਸ਼ਕਤੀ ਦਿੱਤੀ ਵਾਹਿਗੁਰੂ ਨੇ, ਗਾਵੈ ਕੋ ਦਾਤ ਜਾਣੈ ਨੀਸਾਣ। ਨੀਸਾਣ ਹੁੰਦਾ ਪ੍ਰਗਟ, ਸਾਹਮਣੇ ਜੋ ਦਾਤਾਂ ਵਾਹਿਗੁਰੂ ਦੇ ਰਿਹਾ ਉਹ ਦਾਤਾਂ ਹੀ ਨਹੀਂ ਆਪਣੇ ਤੋਂ ਜਾਣੀਆਂ ਜਾਂਦੀਆਂ, ਤੇ ਫਿਰ ਉਹਦੇ ਵਾਹਿਗੁਰੂ ਦੇ ਜੋ ਬਲ ਹੈ ਉਹਨੂੰ ਕੌਣ ਗਾ ਸਕਦਾ।
ਕਿਉਂਕਿ ਉਹਦੀਆਂ ਦਾਤਾਂ ਸੰਸਾਰ ਅੰਦਰ ਜੇ ਦੇਖੀਏ ਤੇ ਕਿੰਨੀ ਦੁਨੀਆ ਤੇ ਕਿੰਨੀ 84 ਲੱਖ ਜੂਨ ਹੈ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦਾਤਾਂ ਦੇ ਰਹੇ ਨੇ। ਨਾ ਤਾਂ ਆਪਾਂ 84 ਦੀ ਗਿਣਤੀ ਕਰ ਸਕਦੇ ਹਾਂ ਸੰਪੂਰਨ ਰੂਪ ਵਿੱਚ, ਨਾ ਹੀ ਆਪਾਂ ਵਾਹਿਗੁਰੂ ਦੀਆਂ ਦਾਤਾਂ ਨੂੰ ਗਿਣ ਸਕਦੇ ਹਾਂ। ਪਰ ਇੱਕ ਚੀਜ਼ ਹੈ ਕਿ ਗਾਵੈ ਕੋ ਦਾਤ ਜਾਣੈ ਨੀਸਾਨ ਤੋਂ ਭਾਵ ਇਹ ਜ਼ਰੂਰ ਹੈ ਕਿ ਕੋਈ ਪੁਰਸ਼ ਪਰਮਾਤਮਾ ਦੀਆਂ ਦਾਤਾਂ ਨੂੰ, ਨੀਸਾਨ ਦਾ ਮਤਲਬ ਹੈ ਪ੍ਰਗਟ ਕਰਕੇ ਉਹਦੇ ਜਸ ਨੂੰ ਲਾਉਂਦਾ। ਦਾਤਾਂ ਦਾ ਤਾਂ ਨਹੀਂ ਅੰਤ ਪਾ ਸਕਦੇ, ਨਾ ਹੀ ਦਾਤੇ ਦਾ ਅੰਤ ਪਾ ਸਕਦੇ ਹਾਂ, ਨਾ ਹੀ ਉਹਦਾ ਬਲ ਜਾਣ ਸਕਦੇ ਹਾਂ। ਪਰ ਇੰਨਾ ਜਾਣ ਲਓ ਕਿ ਉਹਦੀਆਂ ਦਾਤਾਂ ਜਿਹਨੂੰ ਮਿਲ ਜਾਂਦੀਆਂ ਨੇ, ਉਹ ਲੋਕਾਂ ਦੇ ਵਿੱਚ ਕਹਿੰਦਾ ਫਿਰਦਾ ਮੈਨੂੰ ਰੱਬ ਨੇ ਆਹ ਦਾਤ ਦਿੱਤੀ, ਮੈਨੂੰ ਆਹ ਦਾਤ ਦਿੱਤੀ, ਮੈਨੂੰ ਰੱਬ ਨੇ ਆਹ ਚੀਜ਼ਾਂ ਦੇਤੀਆਂ। ਇਸ ਤਰ੍ਹਾਂ ਜਿੰਨੀ ਕੁ ਕਿਸੇ ਨੂੰ ਦਾਤ ਮਿਲਦੀ ਹੈ ਉਹ ਦਾਤ ਅਨੁਸਾਰ ਹੀ ਪਰਮਾਤਮਾ ਨੂੰ ਗਾਉਂਦਾ, ਪਰ ਸਮੁੱਚੇ ਰੂਪ ਵਿੱਚ ਕੋਈ ਪਰਮਾਤਮਾ ਨੂੰ ਗਾ ਨਹੀਂ ਸਕਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਸਦੇ ਗੁਣ ਤੇ ਚਾਰ ਦਾ ਅਰਥ ਹੁੰਦਾ ਸੁੰਦਰ, ਚਾਰੂ। ਇਹ ਐਸੇ ਅੱਖਰ ਹਨ ਜੋ ਕਈ ਵਾਰ ਸਮਝ ਵਿੱਚ ਨਹੀਂ ਪੈਂਦੇ। ਚਾਰ, ਚਾਰ ਤੋਂ ਆਚਾਰ ਵੀ ਬਣਦਾ ਆਚਰਣ, ਚਾਰ ਦਾ ਅਰਥ ਚਾਰ ਵੀ ਹੈ, ਚਾਰ ਯੁੱਗ, ਚਾਰ ਦਾ ਅਰਥ ਸੁੰਦਰ ਵੀ ਹੈ। ਉਹਦੇ ਗੁਣ ਤੇ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ ਜਦੋਂ, ਉਹਦੇ ਫਿਰ ਬਲ ਨੂੰ ਕੌਣ ਗਾ ਸਕਦਾ। ਕਹਿਣ ਦਾ ਭਾਵ ਹੈ ਹੋਵੇ ਕਿਸੇ ਤਾਣ ਗਾਵੈ ਕੋ ਤਾਣ, ਕੋਈ ਤਾਣ ਤਾਂ ਗਾ ਸਕਦਾ ਜੇ ਕਿਸੇ ਵਿੱਚ ਬਲ ਹੋਵੇ, ਕੋਈ ਉਹਦੇ ਬਲ ਨੂੰ ਤਾਂ ਗਾ ਸਕਦਾ ਜੇ ਪਹਿਲਾਂ ਉਹਦੀਆਂ ਦਾਤਾਂ ਨੂੰ ਗਿਣ ਕੇ ਦੱਸੇ, ਕੋਈ ਉਹਦੀਆਂ ਵਡਿਆਈਆਂ ਸੁੰਦਰ ਵਡਿਆਈਆਂ ਨੂੰ ਤਾਂ ਗਾ ਸਕਦਾ ਹੈ ਜੇ ਉਸ ਅਕਾਲ ਪੁਰਖ ਬਾਰੇ ਉਹ ਜਾਣ ਸਕਦਾ ਹੋਵੇ। ਭਾਵ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ, ਉਹਦੇ ਬਲ ਨੂੰ ਕੌਣ ਗਾ ਸਕਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਭਾਈ ਗਾਵੈ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਕੋਈ ਪੁਰਸ਼ ਪਰਮਾਤਮਾ ਦੇ ਚਾਰ ਤੋਂ ਭਾਵ ਸੁੰਦਰ ਗੁਣ ਤੇ ਵਡਿਆਈਆਂ ਨੂੰ ਵੇਖ ਕੇ ਉਹਦੇ ਜਸ ਨੂੰ ਤਾਂ ਗਾਇਨ ਕਰ ਸਕਦਾ। ਪਰਮਾਤਮਾ ਦੇ ਸੁੰਦਰ ਗੁਣ ਤੇ ਵਡਿਆਈਆਂ ਨੂੰ ਦੇਖ ਕਰਕੇ ਉਹਦੇ ਆਪਾਂ ਜਸ ਨੂੰ ਗਾ ਸਕਦੇ ਹਾਂ। ਕਿੰਨੇ ਸੋਹਣੇ ਪਹਾੜ ਨੇ, ਕਿੰਨਾ ਸੁੰਦਰ ਸਮੁੰਦਰ ਬਣਾਇਆ, ਕਿੰਨੇ ਸੋਹਣੇ ਫੁੱਲ ਨੇ, ਕਿੰਨੀ ਸੋਹਣੀ ਕੁਦਰਤ ਹੈ। ਇਸ ਤਰ੍ਹਾਂ ਪਰਮਾਤਮਾ ਦੇ ਸੁੰਦਰ ਗੁਣ ਵਡਿਆਈਆਂ ਨੂੰ ਕਥਨ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਕਿ ਉਸ ਪਰਮਾਤਮਾ ਦੇ ਸਮੁੱਚੇ ਰੂਪ ਵਿੱਚ ਆਪਾਂ ਵਡਿਆਈ ਕਰ ਸਕਦੇ ਹਾਂ, ਉਹ ਵਡਿਆਈ ਕਰਨੀ ਬਹੁਤ ਔਖੀ ਹੈ, ਕਿਉਂਕਿ ਉਹ ਤਾਂ ਹੈ ਵੱਡੀ। ਪਰਮਾਤਮਾ ਇਹ ਨਹੀਂ ਮੰਗਦੇ ਕਿ ਤੁਸੀਂ ਮੇਰੀ ਸਮੁੱਚੇ ਰੂਪ ਵਿੱਚ ਵਡਿਆਈ ਕਰੋਗੇ, ਮੈਂ ਤਾਂ ਕਿਰਪਾ ਕਰਾਂਗਾ। ਵਾਹਿਗੁਰੂ ਤਾਂ ਕਹਿੰਦੇ ਨੇ ਜਿੰਨੀ ਕੁ ਤੇਰੇ ਚ ਭਾਈ ਹਿੰਮਤ ਹੈ ਓਨਾ ਹੀ ਗਾ ਲੈ ਤੂੰ, ਜਿੰਨੀ ਕੁ ਹਿੰਮਤ ਹੈ ਤੇਰੇ ਵਿੱਚ ਓਨਾ ਕੁ ਹੀ ਜਾਪ ਕਰ ਲੈ। ਸੋ ਇਸ ਕਰਕੇ ਬੱਚਾ, ਛੋਟਾ ਜਿਹਾ ਬੱਚਾ ਆਪਾਂ ਕਹਿੰਦੇ ਕਹਿ ਵਾਹਿਗੁਰੂ, ਜਦੋਂ ਕਹਿੰਦਾ ਵਾਹਿਗੁਰੂ ਸਾਰਾ ਟੱਬਰ ਕਿੰਨਾ ਖੁਸ਼ ਹੁੰਦਾ। ਬੱਚਾ ਇੱਕੋ ਵਾਰੀ ਵਾਹਿਗੁਰੂ ਕਹਿ ਦੇਵੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ। ਜੇ ਫਿਰ ਸੰਗਤ ਵਿੱਚ ਕੋਈ ਬੱਚਾ ਖੜ ਕੇ ਮਾਈਕ ਦੇ ਵਿੱਚ ਮੂਲ ਮੰਤਰ ਇੱਕ ਪੜ੍ਹ ਦੇਵੇ, ਸਾਰੇ ਕੋਈ ਸਿਰੋ ਪਾ ਦਿੰਦਾ, ਕੋਈ ਇਨਾਮ ਦਿੰਦਾ, ਬੱਚੇ ਨੇ ਮੂਲ ਮੰਤਰ ਪੜ੍ਹਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੱਚੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਸਿਆਣੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਪਰ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਸਮੁੱਚੇ ਰੂਪ ਵਿੱਚ। ਇਸ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਸੋ ਉਹਦੀਆਂ ਸੰਸਕ੍ਰਿਤ ਤੇ ਰਾਗ ਆਦਿਕ ਰਚੀਆਂ ਹੋਈਆਂ ਵਿਦਿਆ ਦਾ ਵਿਚਾਰ ਕਰਨਾ ਹੀ ਬੜਾ ਕਠਿਨ ਹੈ, ਉਹਦੇ ਬਲ ਨੂੰ ਕੌਣ ਗਾ ਸਕਦਾ। ਪਹਿਲਾਂ ਤਾਂ ਇੱਕ ਉਦਾਹਰਣ ਦਿੰਦੇ ਨੇ ਉਹਨਾਂ ਨੂੰ ਵੀ ਜਦੋਂ ਵਾਹਿਗੁਰੂ ਨੂੰ ਗਾ ਹੀ ਨਹੀਂ ਸਕਦਾ, ਉਹਦੇ ਔਖੀਆਂ ਬੋਲੀਆਂ ਨੂੰ ਨਹੀਂ ਗਾ ਸਕਦਾ, ਕਿਉਂਕਿ ਰਾਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਔਖੀਆਂ ਬੋਲੀਆਂ ਦਾ ਕੋਈ ਅੰਤ ਨਹੀਂ ਪਾ ਸਕਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਾਵੈ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ
ਉਹਨਾਂ ਦਾ ਤਾਂ ਨਹੀਂ ਅੰਤ ਪਾ ਸਕਦਾ, ਰਾਗਾਂ ਦਾ, ਔਖੀਆਂ ਬੋਲੀਆਂ ਦਾ, ਫਿਰ ਪਰਮਾਤਮਾ ਦਾ ਅੰਤ ਕਿਵੇਂ ਪਾ ਸਕਦਾ ਕੋਈ। ਪਰ ਇਹ ਜ਼ਰੂਰ ਕਹਿੰਦੇ ਹਾਂ ਕਿ ਕੋਈ ਵੀ ਜੋ ਵਿਅਕਤੀ ਹੈ ਸੰਸਾਰ ਦੇ ਅੰਦਰ, ਕੋਈ ਪ੍ਰੇਮੀ ਜਨ, ਪਰਮਾਤਮਾ ਦੀਆਂ ਰਚੀਆਂ ਹੋਈਆਂ ਜਿਹੜੀਆਂ ਵਿਖਣ ਤੋਂ ਭਾਵ ਕਠਨ ਵਿਦਿਆ ਦਾ ਵਿਚਾਰ ਕਰਕੇ ਉਹਦੇ ਜਸ ਨੂੰ ਗਾਇਨ ਤਾਂ ਕਰ ਸਕਦਾ ਹੈ। ਚਲੋ ਮੰਨ ਲਓ ਵੀ ਇੰਨੇ ਰਾਗ ਨੇ, 31 ਰਾਗ ਨੇ, 31 ਚੋਂ 62 ਰਾਗ ਬਣ ਜਾਂਦੇ ਨੇ, 62 ਰਾਗ ਤੋਂ ਅੱਗੇ 84 ਬਣ ਜਾਂਦੇ ਨੇ, ਅੱਗੇ ਫੇਰ ਇਹਨਾਂ ਦੀਆਂ ਕਿਤਨੀਆਂ ਹੀ ਕਿਸਮਾਂ ਨੇ। ਸਮੱਗਰ ਰੂਪ ਵਿੱਚ ਸਾਰੇ ਤਾਲਾਂ ਨੂੰ ਗਾਉਣਾ ਬਹੁਤ ਔਖਾ, 65 ਘਰਾਂ ਵਿੱਚ ਗਾਉਣਾ ਬੜਾ ਔਖਾ, ਘਰ ਪਹਿਲਾ, ਘਰ ਦੂਜਾ, ਗੁਰਬਾਣੀ ਅੰਦਰ ਜਿਵੇਂ 17 ਘਰ ਪ੍ਰਵਾਨ ਕੀਤੇ ਨੇ ਮਹਾਰਾਜ ਨੇ, ਇਸ ਤਰ੍ਹਾਂ ਦੁਨੀਆਂ ਅੰਦਰ ਕੋਈ ਸੰਪੂਰਨ ਐਸਾ ਮਨੁੱਖ ਬਹੁਤ ਘੱਟ ਕਦੇ ਭਾਵੇਂ ਕੋਈ ਹੋਇਆ ਹੋਵੇ ਕਿ ਉਹਨੇ ਸਮੱਗਰ ਰੂਪ ਵਿੱਚ ਸਾਰੇ ਰਾਗ ਗਾ ਲਏ ਹੋਣ, ਸੰਪੂਰਨ ਰਾਗ। ਫਿਰ ਵੀ ਕੋਈ ਕਮੀ ਰਹਿ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਐਸਾ ਕੋਈ ਵਿਅਕਤੀ ਜੇ ਸਾਰੀ ਜ਼ਿੰਦਗੀ ਲਾ ਕੇ ਸਿਰਫ ਕਠਿਨ ਰਾਗਾਂ ਨੂੰ, ਕਠਿਨ ਵਿਦਿਆਵਾਂ ਨੂੰ ਸਿੱਖ ਵੀ ਗਿਆ, ਇੱਥੇ ਤੱਕ ਹੀ ਪਹੁੰਚਿਆ ਉਹ, ਬਸ ਹੁਣ ਇਸ ਤੋਂ ਅੱਗੇ ਨਹੀਂ ਪਹੁੰਚ ਸਕਦਾ ਉਹ। ਜਿਵੇਂ ਨਾਰਦ ਮੁਨੀ ਨੇ 75,000 ਸਾਲ ਲਾ ਕੇ 14 ਵਿਦਿਆ ਵਿੱਚ ਸੰਪੂਰਨਤਾ ਹਾਸਲ ਕੀਤੀ, ਜਦੋਂ ਸਨਕ ਸਨਾਤਨ ਜਿਹੜੇ ਸੀਗੇ ਬ੍ਰਹਮਾ ਜੀ ਦੇ ਚਾਰ ਪੁੱਤਰ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਜਦੋਂ ਉਹਨਾਂ ਕੋਲ ਗਿਆ ਕਹਿਣ ਲੱਗਿਆ ਵਿਦਿਆ ਤਾਂ ਬਹੁਤ ਪੜ੍ਹੀ ਹੈ, ਸ਼ਾਂਤੀ ਨਹੀਂ ਆਉਂਦੀ ਮਨ ਨੂੰ, 14 ਵਿਦਿਆ ਪੜ੍ਹੀਆਂ ਨੇ 75,000 ਵਰਾ ਲਾ ਕੇ, ਸੰਗੀਤ ਦੀ ਵਿਦਿਆ, ਤੈਰਾਕੀ ਦੀ ਵਿਦਿਆ, ਜੋਤਿਸ਼ ਵਿਦਿਆ, ਨਿਰਤਕਾਰੀ ਦੀ ਵਿਦਿਆ, ਪਤਾ ਨਹੀਂ ਕਿਤਨੀਆਂ ਵਿਦਿਆਵਾਂ ਮੈਂ ਜ਼ੋਰ ਲਾ ਕੇ ਪੜ੍ਹ ਤਾਂ ਲਈਆਂ ਪਰ ਸ਼ਾਂਤੀ ਨਹੀਂ ਆਈ ਮਨ ਨੂੰ। ਸਨਕ ਸਨੰਦਨ ਹੁਣੀ ਕਹਿਣ ਲੱਗੇ ਅਧਿਆਤਮਿਕ ਵਿਦਿਆ ਪੜ੍ਹੀ ਕਦੇ? ਕਹਿਣ ਲੱਗੇ ਜੀ ਉਹ ਕੀ ਹੁੰਦੀ ਹੈ? ਨਾਰਦ ਮੁਨੀ ਉਸ ਵਕਤ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰੇ ਹੱਸ ਕੇ ਕਹਿੰਦੇ 75,000 ਵਰਾ ਲਾ ਕੇ 14 ਵਿਦਿਆ ਪੜ੍ਹੀਆਂ, ਹਾਲ ਤੱਕ ਨੂੰ ਬ੍ਰਹਮ ਵਿਦਿਆ ਦਾ ਨਹੀਂ ਗਿਆਨ ਹੋਇਆ? ਕਹਿੰਦੇ ਬ੍ਰਹਮ ਵਿਦਿਆ ਜਿੱਥੇ ਇਹ 14 ਵਿਦਿਆ ਮੁੱਕ ਜਾਂਦੀਆਂ ਸੰਸਾਰ ਦੀਆਂ, ਉੱਥੋਂ ਇੱਕ ਓੰਕਾਰ ਪ੍ਰਾਰੰਭ ਹੁੰਦੀ ਵਿਦਿਆ, ਬ੍ਰਹਮ ਵਿਦਿਆ ਇਹਨੂੰ ਕਹਿੰਦੇ ਨੇ, ਪਰਮਾਤਮਾ ਦੀ ਅਧਿਆਤਮਕ ਵਿਦਿਆ। ਇਸ ਕਰਕੇ ਜਦ ਤੂੰ ਉਹਦੀ ਵਿਦਿਆ ਦਾ ਹੀ ਅੰਤ ਨਹੀਂ ਪਾ ਸਕਿਆ, ਤੈਨੂੰ ਸ਼ਾਂਤੀ ਨਹੀਂ ਆਈ, ਤਾਂ ਫਿਰ ਉਹਦਾ ਅੰਤ ਕਿਵੇਂ ਪਾ ਸਕਦਾ? ਜਦੋਂ ਮਹਾਰਾਜ ਨੇ ਪ੍ਰਮਾਣ ਦੇ ਕੇ ਦੱਸਿਆ ਕਿ ਨਾਰਦ ਮੁਨੀ ਨਾਲੋਂ ਤਾਂ ਨਹੀਂ ਕੋਈ ਜ਼ਿਆਦਾ ਪੜ੍ਹਿਆ ਤੁਹਾਡੇ ਚੋਂ, ਜਦ ਉਹ ਨਹੀਂ ਅੰਤ ਪਾ ਸਕਿਆ ਵਿਦਿਆ ਪੜ੍ਹ ਕੇ, ਫਿਰ ਵਿਦਿਆ ਦੁਆਰਾ ਉਹਦਾ ਅੰਤ ਪਾਉਣਾ ਔਖਾ, ਪਰ ਵਿਦਿਆ ਦੇ ਰਾਹੀਂ ਉਹਨੂੰ ਗਾ ਕੇ ਉਹਦਾ ਜਸ ਕਰਨਾ ਸੁੱਖ। ਜਸ ਕਰੋ ਬਸ, ਜੇ ਕੋਈ ਜਸ ਕਰੇਗਾ ਉਹਦੇ ਉੱਤੇ ਕਿਰਪਾ ਕਰੇਗਾ, ਇਸ ਪਾਸੇ ਨਾ ਚੱਲੋ ਕਿ ਅਸੀਂ ਉਹਦਾ ਅੰਤ ਪਾਉਣਾ ਜਾਂ ਮੈਂ ਉਹਦਾ ਵਿਦਿਆ ਦਾ ਅੰਤ ਪਾਵਾਂ ਫਿਰ ਮੈਂ ਉਹਦਾ ਅੰਤ ਪਾ ਲਵਾਂਗਾ, ਇਹ ਪਾਸਾ ਨਹੀਂ ਪਕੜਨਾ। ਵਿਦਿਆ ਦੇ ਰਾਹੀਂ ਉਹਦੇ ਜਸ ਨੂੰ ਕੀਤਾ ਜਾ ਸਕਦਾ ਹੈ, ਇਹ ਇੱਕ ਉਹਦੀ ਕਿਰਪਾ ਲੈਣ ਦੀ ਸੋ ਵੱਡੀ ਚੀਜ਼ ਹੈ ਕਿ ਕਿਰਪਾ ਆਪਾਂ ਲੈ ਸਕਦੇ ਹਾਂ, ਰਸਤਾ ਜ਼ਰੂਰ ਹੈ ਇਹ। ਇਸ ਕਰਕੇ ਉਹਦਾ ਅੰਤ ਪਾਉਣਾ ਮਹਾਰਾਜ ਕਹਿੰਦੇ ਆਪਣਾ ਹੀ ਅੰਤ ਕਰ ਲੈਣਾ ਹੈ। ਕਿੰਨੀ ਉਮਰ ਇਨਸਾਨ ਦੀ? 80-90-100 ਸਾਲ, ਮੰਨ ਲਓ 150 ਸਾਲ ਵੀ ਉਮਰ ਹੋ ਜੇ, 1000 ਸਾਲ ਵੀ, ਜੇ ਜੁਗ ਚਾਰੇ ਯਾਰ ਜਾਂ ਹੋਰ ਦਸੂਣੀ ਹੋਏ ਵੀ ਹੋ ਜੇ, ਚਾਰਾਂ ਯੁੱਗਾਂ ਨਾਲੋਂ 10 ਗੁਣਾ ਵੱਧ ਉਮਰ ਹੋ ਜੇ, ਤਾਂ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਤੁਸੀਂ ਇਹ ਜਿਹੜੀਆਂ ਵਿਖਮ ਵਿਚਾਰਾਂ ਵਿੱਚ ਪੈ ਕੇ ਪਰਮਾਤਮਾ ਦੇ ਅੰਤ ਨੂੰ ਪਾਉਣ ਦਾ ਯਤਨ ਕਰਦੇ, ਇਹ ਛੱਡ ਕੇ ਵਿਖਮ ਵਿਦਿਆ ਦੇ ਰਾਹੀਂ ਉਹਦਾ ਜਸ ਗਾਇਨ ਕਰੋ। ਇਹ ਤੁਹਾਨੂੰ ਸਲਾਹ ਦਿੰਦੇ ਹਾਂ ਅਸੀਂ ਸਾਰਿਆਂ ਨੂੰ ਹੀ, ਕਿ ਨਾ ਕਿ ਆਪਣੀ ਬੁੱਧੀ ਦੀ ਸਿਆਣਪ ਨਾਲ ਉਹਦਾ ਅੰਤ ਪਾਉਣਾ ਆਪਾਂ ਨੇ। ਗਾਵੈ ਕੋ ਸਾਜ ਕਰੇ ਤਾਨੋ ਖੇਹ, ਜੋ ਵਾਹਿਗੁਰੂ ਖੇਹ ਆਦਿ ਪੰਜਾਂ ਤੱਤਾਂ ਦੁਆਰਾ ਸਾਰੇ ਸਰੀਰਾਂ ਨੂੰ ਸਾਜਦਾ, ਪਹਿਲਾਂ ਤਾਂ ਉਹਨੇ 5 ਤੱਤ ਬਣਾਏ ਨੇ, 5 ਤੱਤਾਂ ਦਾ ਹੀ ਅੰਤ ਨਹੀਂ। ਆਕਾਸ਼ ਤੱਤ ਹੈ, ਫਿਰ ਹਵਾ ਤੱਤ ਹੈ, ਫਿਰ ਧਰਤੀ ਤੱਤ ਹੈ, ਅਗਨੀ ਤੱਤ ਹੈ, ਪਾਣੀ ਤੱਤ ਹੈ। ਇਹ 5 ਤੱਤ ਪਰਮਾਤਮਾ ਨੇ ਬਣਾਏ ਨੇ। ਪਰਮਾਤਮਾ ਦੇ ਪਹਿਲਾਂ ਤਾਂ ਧਰਤੀ ਦਾ ਹੀ ਤੁਸੀਂ ਅੰਤ ਨਹੀਂ ਪਾ ਸਕਦੇ, ਆਕਾਸ਼ ਦਾ ਅੰਤ ਨਹੀਂ ਪਾ ਸਕਦੇ, ਹਵਾ ਦਾ ਹੀ ਅੰਤ ਨਹੀਂ ਹੈ, ਸਮੁੰਦਰ ਦਾ ਹੀ ਅੰਤ ਨਹੀਂ ਪਾ ਸਕਦੇ,
ਸਮੁੰਦਰ ਦੇ ਥੱਲੇ ਇੰਨੀ ਅੱਗ ਬਲਦੀ ਹੈ, ਸਾਇੰਸਦਾਨਾਂ ਨੇ ਹੁਣ ਖੋਜ ਕੀਤੀ, ਮਹਾਰਾਜ ਨੇ ਪਹਿਲੀ ਦੱਸ ਦਿੱਤਾ ਸੀ, ਸਮੁੰਦਰ ਦੇ ਥੱਲੇ ਜਾ ਕੇ ਜਿੱਥੇ ਇਹਦਾ ਅੰਤ ਹੋ ਜਾਂਦਾ ਉੱਥੇ ਇੰਨੀ ਅੱਗ ਹੈ ਧਰਤੀ ਦੇ ਥੱਲੇ ਵਾਲੇ ਪਾਸੇ ਜਿੱਥੋਂ ਲਾਵੇ ਫੁੱਟਦੇ ਨੇ ਵੱਡੇ ਵੱਡੇ। ਇਸ ਕਰਕੇ ਜਦੋਂ ਪੰਜਾਂ ਤੱਤਾਂ ਦਾ ਹੀ ਅੰਤ ਨਹੀਂ, ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੰਜਾਂ ਤੱਤਾਂ ਕਰਕੇ ਹੀ ਹੋਈ ਹੈ। ਆ ਜਿੰਨੇ ਤਾਰੇ ਦੇਖਦੇ ਹਾਂ, ਚੰਦਰਮਾ ਸੂਰਜ ਇੱਕ ਤੇ ਇੱਕ ਨੇ, ਕਰੋੜਾਂ ਸੂਰਜ ਕਰੋੜਾਂ ਤਾਰੇ ਅਰਬਾਂ ਤਾਰੇ ਖਰਬਾਂ ਤਾਰੇ, ਇਹਨਾਂ ਦਾ ਕੋਈ ਅੰਤ ਨਹੀਂ ਪੰਜਾਂ ਤੱਤਾਂ ਦਾ। ਤੇ ਫਿਰ ਪੰਜ ਤੱਤਾਂ ਨੂੰ ਬਣਾਉਣ ਵਾਲੇ ਦਾ ਅੰਤ ਕੌਣ ਪਾ ਸਕਦਾ ਹੈ? ਇਸ ਕਰਕੇ ਜਦੋਂ ਪਰਮਾਤਮਾ ਸਾਜਦਾ ਸਰੀਰਾਂ ਨੂੰ ਤਾਂ ਫਿਰ ਮਹਾਰਾਜ ਕਹਿੰਦੇ ਨੇ ਸਾਜਦਾ ਫਿਰ ਨਾਸ਼ ਕਰਦਾ ਦੀ ਪਾਲਣਾ ਕਰਦਾ, ਸਮੁੱਚੇ ਰੂਪ ਵਿੱਚ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਫਿਰ ਅੰਤਰੀ ਭਾਵ ਚ ਉਹਨਾਂ ਨੂੰ ਕਹਿੰਦੇ ਫਿਰ ਅਸੀਂ ਕੀ ਕਰੀਏ ਜੀ, ਕਿਸ ਤਰ੍ਹਾਂ ਕਰਨਾ ਚਾਹੀਦਾ? ਗਾਵੈ ਕੋ ਸਾਜ ਕਰੇ ਤਨ ਖੇ, ਕਹਿੰਦੇ ਉਹ ਪਰਮਾਤਮਾ ਤਾਂ ਜਿਹੜੇ ਸਰੀਰ ਨੇ ਨਾ ਇਹਨਾਂ ਨੂੰ ਸਾਜਦਾ, ਫਿਰ ਇਹਨੂੰ ਸਾਜ ਕੇ ਪਾਲਦਾ ਵੀ ਹੈ, ਫਿਰ ਖੇ ਵੀ ਕਰ ਦਿੰਦਾ, ਸੁਆਹ ਵੀ ਬਣ ਜਾਂਦੀ ਇਹਦੀ, ਹੋਏ ਭਸ ਮੜ ਭੌਰ ਸਿਧਾਇਆ। ਸੋ ਇਉਂ ਜਾਣ ਕੇ ਕੋਈ ਉਹਦੇ ਜਸ ਨੂੰ ਗਾਇਨ ਕਰਦਾ ਹੈ। ਜਸ ਗਾਇਨ ਕਰਨਾ ਇੱਕ ਅਲੱਗ ਕਲਾ ਹੈ, ਆਪਾਂ ਵੀ ਇਸ ਚੀਜ਼ ਨੂੰ ਅੱਛੀ ਤਰ੍ਹਾਂ ਸਮਝ ਗਏ ਹੋਵਾਂਗੇ। ਜਸ ਕਰਨਾ ਤਾਂ ਉਹਦੀ ਕਿਰਪਾ ਲੈਣੀ ਹੈ, ਉਹਦਾ ਅੰਤ ਪਾਉਣਾ, ਉਹਦੀ ਸ਼ਰੀਕੇਬਾਜ਼ੀ ਕਰਨੀ, ਉਹਦੀ ਬਰਾਬਰਤਾ ਕਰਨੀ ਹੈ। ਮਹਾਰਾਜ ਕਹਿੰਦੇ ਅੰਤ ਪਾਉਣ ਦਾ ਯਤਨ ਕਰਨ ਵਾਲਾ ਇਨਸਾਨ ਫੇਲ ਹੋ ਜਾਂਦਾ। ਸਾਇੰਸ ਆਪਣੀ ਬੁੱਧੀ ਦੁਆਰਾ ਅੱਜ ਵੀ ਉਹਦਾ ਅੰਤ ਪਾਉਣ ਦਾ ਯਤਨ ਕਰ ਰਹੀ ਹੈ। ਉਹ ਸਾਇੰਸਦਾਨਾਂ ਨੂੰ ਜਦੋਂ ਫੇਲ ਕਰਨ ਤੇ ਆਇਆ, ਉਹਨੇ ਸਕਿੰਟ ਵੀ ਨਹੀਂ ਲਾਉਣਾ, ਸਭ ਕੁਛ ਫੇਲ ਕਰ ਦੇਣਾ ਉਹਨੇ। ਸਾਇੰਸ ਬੈਠੀ ਰਹਿ ਜਾਵੇਗੀ, ਫੇਲ ਹੋਣ ਲੱਗੀ ਸੀ ਸਾਇੰਸ ਜਦੋਂ ਸੰਨ 2000 ਚੜ੍ਹਨ ਲੱਗਿਆ 1999 ਵਿੱਚ। 1999 ਦੀ ਰਾਤ ਨੂੰ 12 ਵਜੇ ਸਭ ਕਹਿੰਦੇ ਦੁਨੀਆਂ ਹੁਣ ਮੁੱਕ ਜਾਵੇਗੀ, ਕੰਪਿਊਟਰ ਖਤਮ ਹੋ ਜਾਣਗੇ, ਕਿਉਂਕਿ 2000 ਸੰਨ ਕੰਪਿਊਟਰ ਤੇ ਕਿਵੇਂ ਲੈ ਕੇ ਆਈਏ? ਉਹ ਪਰਮਾਤਮਾ ਬੇਅੰਤ, ਉਹਨੇ ਕਿਸੇ ਬੰਦੇ ਦੇ ਰਾਹੀਂ ਐਸੀ ਘਾੜਤ ਘੜ ਦਿੱਤੀ ਕਿ ਕੰਪਿਊਟਰ ਤੇ ਸੰਨ 2000 ਆ ਹੀ ਗਿਆ। ਕਿਉਂਕਿ 2 ਲਾਉਣਾ ਫਿਰ 3 ਜ਼ੀਰੋਆਂ ਲਾਉਣੀਆਂ ਬੜੀਆਂ ਔਖੀਆਂ ਲੱਗੀਆਂ। ਜੇ ਕੰਪਿਊਟਰ ਫੇਲ ਹੋ ਜਾਂਦਾ ਤਾਂ ਦੁਨੀਆਂ ਦੀ ਕੁੱਲ ਸਾਇੰਸ ਫੇਲ ਹੋ ਜਾਂਦੀ, ਸਭ ਕੁਛ ਖਤਮ ਹੋ ਸਕਦਾ ਸੀ। ਪਰ ਪਰਮਾਤਮਾ ਐਸਾ ਕਰਦੇ ਨਹੀਂ, ਇਸ ਕਰਕੇ ਮਹਾਰਾਜ ਕਹਿੰਦੇ ਪਰਮਾਤਮਾ ਦਾ ਅੰਤ ਜੋ ਪਾਉਣ ਤੁਰਿਆ ਨਾ, ਸੋ ਅੰਤ ਕੋ ਚਾਹਨ ਜੋ ਗਏ ਆਏ ਅਨੰਤ ਗਵਾਏ। ਉਹ ਸਭ ਕੁਛ ਖਤਮ ਕਰ ਲੈਂਦੇ ਨੇ ਆਪਣਾ। ਇਸ ਕਰਕੇ ਆਪਾਂ ਨੂੰ ਤਾਂ ਸਿਰਫ ਵਾਹਿਗੁਰੂ ਦੇ ਵਿੱਚ ਲੀਨ ਹੋ ਕੇ, ਉਹਦੇ ਅਨੁਸਾਰ ਹੀ ਹੋ ਕੇ, ਉਹਦੇ ਪ੍ਰੇਮੀ ਬਣ ਕੇ ਉਹਦੀ ਭਗਤੀ ਕਰਨੀ ਚਾਹੀਦੀ, ਨਾ ਕਿ ਆਪਾਂ ਉਹਦੇ ਸ਼ਰੀਕ ਹੋ ਕੇ ਉਹਦੀ ਬਰਾਬਰਤਾ ਕਰਕੇ ਆਪਾਂ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕਰੀਏ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਆਪਣੇ ਬਾਰੇ ਸੋਚ ਕੇ ਦੇਖੀਏ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਕਾਰ ਦਿੱਤੇ ਨੇ, ਬਾਣੀ ਬਖਸ਼ਿਸ਼ ਕੀਤੀ ਹੈ। ਸਿੱਖ ਅੰਮ੍ਰਿਤ ਛੱਕ ਕੇ ਬਾਣੀ ਪੜ੍ਹੇ, ਸਿੱਖ ਗੁਰੂ ਸਾਹਿਬ ਦੀ ਸੇਵਾ ਕਰੇ, ਰਹਿਤ ਰੱਖੇ, ਇਹਦੇ ਵਿੱਚ ਤਾਂ ਸਿੱਖ ਦਾ ਭਲਾ ਹੈ। ਹੁਣ ਸਿੱਖ ਵੀ ਸਿੱਧਾ ਵਾਂਗੂ ਉਹ ਕਰਨ ਲੱਗ ਪਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਫਰੋਲਾ ਫਰਾਲੀ, ਇਹ ਕਿਰਪਾਨ ਦੀ ਹੁਣ ਲੋੜ ਨਹੀਂ, ਯੁੱਗ ਬਦਲ ਗਿਆ, ਇਹ ਅੰਮ੍ਰਿਤ ਦੀ ਕੀ ਲੋੜ ਹੈ, ਜਾਂ ਇਹ ਨਿਤਨੇਮ ਦੀ ਕੀ ਜ਼ਰੂਰਤ ਹੈ, ਇਹਦੀ ਕੀ ਲੋੜ ਹੈ। ਉਹ ਜਿਹੜੇ ਕਿੰਤੂ ਪ੍ਰੰਤੂ ਹੋ ਗਏ, ਇਹ ਸ਼ਰਧਾ ਤੋਂ ਪਰੇ ਦਾ ਇੱਕ ਵੱਖਰਾ ਉਹਨਾਂ ਨੇ ਆਪਣਾ ਨਵਾਂ ਹੀ ਕੰਮ ਸ਼ੁਰੂ ਕਰ ਲਿਆ। ਜਦੋਂ ਆਪਾਂ ਫਰੋਲਾ ਫਰਾਲੀ ਚ ਪੈ ਜਾਂਦੇ ਹਾਂ ਗੱਲ ਦੀ, ਅਸਿੱਧ ਵੀ ਫਰੋਲਾ ਫਰਾਲੀ ਤੋਂ ਕੱਢੇ ਸੀ ਮਹਾਰਾਜ ਨੇ, ਉਹ ਤਾਂ ਨਿਕਲ ਕੇ ਤਰ ਗਏ, ਅਸੀਂ ਆਪ ਹੀ ਪੈ ਗਏ ਵਿੱਚ, ਅਸੀਂ ਇਹਦੀ ਖੋਜ ਕਰਨ ਲੱਗ ਪਏ, ਹੁਣ ਇਹਦੀ ਕੀ ਲੋੜ ਆ। ਇੱਕੋ ਗੱਲ ਲਿਖ ਕੇ ਮਹਾਰਾਜ ਦੇ ਮੂਹਰੇ ਰੱਖ ਰਹੇ ਹੋ ਕਿ ਤੁਸੀਂ ਸਿਆਣੇ ਨਹੀਂ, ਅਸੀਂ ਸਿਆਣੇ ਹਾਂ, ਬਸ ਫੇਰ ਤਾਂ ਸਰ ਜਾਣਾ ਵੀ ਬੱਲੇ ਬਈ, ਨਵਾਂ ਸਿੱਖ ਆਇਆ ਇੱਕ ਜਿਹੜਾ ਗੁਰੂ ਸਾਹਿਬ ਤੋਂ ਸਿਆਣਾ। ਜੇ ਆਪਾਂ ਗੁਰੂ ਸਾਹਿਬ ਤੋਂ ਸਿਆਣੇ ਆ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਦੁਨੀਆਂ ਨੂੰ 538 ਸਾਲ ਪਹਿਲਾਂ ਤੁਸੀਂ ਵੀ ਭਾਈ ਸੰਭਾਲ ਲੈਂਦੇ, ਮੈਨੂੰ ਸੰਸਾਰ ਤੇ ਆਉਣ ਦੀ ਕੀ ਲੋੜ ਪਈ ਸੀ। ਇਸ ਕਰਕੇ ਆਪਾਂ ਨੇ ਬਾਣੀ ਨੂੰ ਪੜ੍ਹ ਕੇ ਆਨੰਦ ਲੈਣਾ, ਰਹਿਤ ਰੱਖ ਕੇ ਆਨੰਦ ਲੈਣਾ,
ਅਮਰ ਛੱਕ ਕੇ ਜੀਵਨ ਸੁਧਾਰਨਾ, ਸੇਵਾ ਕਰਕੇ ਕਿਰਪਾ ਲੈਣੀ, ਇਹ ਇੱਕ ਵੱਖਰਾ ਟਰੈਕ ਹੈ। ਇੱਕ ਉਹ ਕਿ ਮੈਂ ਇਹਦੀ ਖੋਜ ਕਰਾਂ, ਲਓ ਜੀ ਇਹ ਪਤਾਸੇ ਪਾ ਤੇ ਪਾਣੀ ਚ ਫਿਰ ਪਾਠ ਕਰਤਾ, ਇਹ ਕੀ ਹੈ? ਇਹ ਉਹਦੀ ਖੋਜ ਕਰਨ ਲੱਗ ਪਏ ਪਾਣੀ ਚ ਕੀ। ਜਿਵੇਂ ਲੋਕੀ ਬੱਚੇ ਨੂੰ ਖਿਡਾਉਣਾ ਲਿਆ ਕਹਿੰਦੇ ਨੇ, ਕਈ ਬੱਚਿਆਂ ਦੀ ਆਦਤ ਹੁੰਦੀ ਲਿਆ ਕੇ ਖਿਡਾਉਣਾ, ਚਲਾਉਣਾ ਨਹੀਂ, ਪੇਚਕਸ ਲੈ ਕੇ ਉਹਨੂੰ ਖੋਲ ਕੇ ਵਿੱਚ ਦੇਖਣਾ ਉਹਦੇ ਕੀ ਹੈ, ਸਾਰਾ ਖਿਲਾਰ ਕੇ ਸੁੱਟ ਦੇਣਾ। ਖਿਡਾਉਣੇ ਦਾ ਉਹਨੇ ਆਨੰਦ ਨਹੀਂ ਲਿਆ, ਉਹਨੇ ਖਿਲਾਰ ਕੇ ਉਹ ਮਾਰਿਆ ਉਹਨੂੰ। ਬਾਅਦ ਵਿੱਚ ਫਿਰ ਰੋਂਦਾ, ਮੇਰਾ ਖਿਡਾਉਣਾ ਟੁੱਟ ਗਿਆ, ਫਿਰ ਹੋਰ ਲਿਆਓ, ਫਿਰ ਹੋਰ ਤੋੜ ਦਿਓ, ਫਿਰ ਹੋਰ ਲਿਆਓ। ਇਹ ਅਲੱਗ ਅਲੱਗ ਬਿਰਤੀ ਸਤਿਗੁਰੂ ਕਹਿੰਦੇ ਆ, ਫਰੋਲਾ ਫਰਾਲੀ ਵਾਲੀ ਬਿਰਤੀ ਛੱਡ ਕੇ ਗੁਰਸਿੱਖ ਜੇ ਕਿਰਪਾ ਵਾਲੀ ਬਿਰਤੀ ਵੱਲ ਚੱਲੇ ਤਾਂ ਛੇਤੀ ਕਿਰਪਾ ਹੋ ਸਕਦੀ ਹੈ। ਗਾਵੈ ਕੋ ਜੀ ਲੈ ਫਿਰ ਦੇਹ, ਜਿਸ ਪਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਦੇ ਸਰੀਰ ਨੂੰ ਇਹ ਜੀਵ ਲਈ ਫਿਰਦਾ, ਆਪਾਂ ਉਹਦੀ ਸੱਤਾ ਕਰਕੇ ਸਰੀਰ ਨੂੰ ਲਈ ਫਿਰਦੇ ਹਾਂ ਸਾਰੇ ਜਾਣੇ। ਦੇਖੋ ਕਿੰਨੀ ਕੁ ਜੋਤ ਹੈ, ਕਿਣਕੇ ਜਿੰਨੀ ਅੰਦਰ ਜੋਤ ਹੈ, ਜਿਹੜੀ ਆਪਣੇ ਅੰਦਰ ਇੰਨੀ ਪਾਵਰ ਹੈ, ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਸਵਾਸ ਚੱਲ ਰਹੇ ਨੇ, ਬੁੱਧੀ ਕੰਮ ਕਰ ਰਹੀ ਹੈ, ਹਾਜ਼ਮੇ ਹੋ ਰਹੇ ਨੇ, ਰੋਟੀ ਦੇ ਪੈਰ ਚੱਲ ਰਹੇ ਨੇ, ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਹੈ। ਪਰ ਜਦੋਂ ਹੀ ਉਹ ਵਾਹਿਗੁਰੂ ਨੇ ਜੋਤ ਆਪਣੀ ਵਾਪਸ ਲੈ ਲਈ, ਇਹ ਸਰੀਰ ਉੱਥੇ ਹੀ ਡਿੱਗ ਪੈਂਦਾ ਔਰ ਫਿਰ ਤੁਰਦਾ ਹੀ ਨਹੀਂ ਉੱਥੋਂ। ਕਹਿੰਦੇ ਫਿਰ ਚਾਰ ਜਾਣੇ ਚੁੱਕ ਕੇ ਲੈ ਕੇ ਜਾਂਦੇ ਨੇ, ਵੇਖੋ ਬੰਦਾ ਚੱਲਿਆ ਚੌ ਜਾਣਿਆਂ ਦਾ ਕੰਨ, ਕੰਨ ਹੁੰਦਾ ਕੰਧਾ, ਮੋਢਾ, ਮੋਢੇ ਤੇ ਸਰੀਰ ਚੁੱਕ ਕੇ ਲਿਜਾਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿੱਧੋ ਇਹ ਚੀਜ਼ ਦਾ ਅੰਤ ਨਾ ਪਾਓ, ਉਹਦੀ ਸੱਤਾ ਕਰਕੇ ਤਾਂ ਤੁਸੀਂ ਫਿਰਦੇ ਹੋ, ਜੇ ਸੱਤਾ ਹੀ ਖਿੱਚ ਲਈ ਤਾਂ ਫਿਰ ਤੁਹਾਡਾ ਕੀ ਬਣੇਗਾ। ਤਾਂ ਤੇ ਆਪਾਂ ਨੂੰ ਇਹ ਚਾਹੀਦਾ, ਗਾਵੈ ਕੋ ਜੀ ਲੈ ਫਿਰ ਦੇਹ, ਉਹੀ ਪਰਮਾਤਮਾ ਸਰੀਰ ਵਿੱਚ ਜੀਵ ਆਤਮਾ ਨੂੰ ਪਾਉਂਦਾ, ਫਿਰ ਸਰੀਰ ਵਿੱਚੋਂ ਕੱਢ ਵੀ ਲੈਂਦਾ, ਜੀਵਾਂ ਨੂੰ ਪਦਾਰਥ ਦਿੰਦਾ, ਫਿਰ ਖੋਹ ਵੀ ਲੈਂਦਾ। ਇਉਂ ਜਾਣ ਕੇ ਵੀ ਬਲ ਨੂੰ ਤਾਂ ਗਾਇਨ ਕਰੋ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਮਹਾਰਾਜ ਤੇਰੀ ਮਹਿਮਾ ਅਪਾਰ ਹੈ। ਪਹਿਲਾਂ ਤੁਸੀਂ ਸਾਨੂੰ ਇੱਕ ਸਾਈਕਲ ਜਿਹਾ ਹੀ ਹੁੰਦਾ ਸੀ, ਫਿਰ ਤੁਸੀਂ ਸਾਨੂੰ ਸਕੂਟਰ ਦੇ ਤੇ, ਫਿਰ ਕਾਰਾਂ ਦੇ ਤੀਆਂ, ਫਿਰ ਜਹਾਜ਼ਾਂ ਤੇ ਚੜਾਤਾ, ਫਿਰ ਮਹਾਰਾਜ ਤੂੰ ਸਾਨੂੰ ਬਾਹਰਲਿਆਂ ਦੇਸ਼ਾਂ ਚ ਭੇਜਤਾ, ਜਾਂ ਸਾਨੂੰ ਆਹ ਪਦਾਰਥ ਦੇ ਤੇ। ਸੱਚੇ ਪਾਤਸ਼ਾਹ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ, ਪਹਿਲਾਂ ਲੋਕ ਖੱਦਰ ਦੇ ਕੱਪੜੇ ਪਾਉਂਦੇ ਸੀ, ਹੁਣ ਇੰਨੇ ਸੋਹਣੇ ਸੋਹਣੇ ਕੱਪੜੇ ਦੇ ਤੇ, ਬਾਦਸ਼ਾਹੀ ਜ਼ਿੰਦਗੀ ਦੇ ਤੀ। ਇਉਂ ਕਰਕੇ ਉਹਦਾ ਧੰਨਵਾਦ ਕਰੋ ਬਸ। ਜੇ ਆਪਾਂ ਕਹੀਏ ਕਿ ਅਸੀਂ ਉਹ ਪਰਮਾਤਮਾ ਦੂਜੀ ਤਰ੍ਹਾਂ ਤੇ ਪਾਉਣਾ, ਜਿਵੇਂ ਸਾਇੰਸਦਾਨ ਇਹ ਪੰਗਾ ਲੈਂਦੇ ਹੀ ਰਹਿੰਦੇ, ਕੋਈ ਨਾ ਕੋਈ ਆਤਮਾ ਦੇਖਣੀ ਕਿ ਹੁੰਦੀ ਵੀ ਆ। ਇਹਨਾਂ ਨੇ ਕੀ ਕੀਤਾ, 3-4 ਇੰਚ ਮੋਟਾ ਸ਼ੀਸ਼ਾ ਲੈ ਕੇ ਨਾ, ਯੂਰਪ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਪੁੱਛ ਲਿਆ, ਉਹ ਸਵਾਸ ਛੱਡ ਰਿਹਾ ਸੀ, ਕਹਿੰਦੇ ਅਸੀਂ ਐਕਸਪੈਰੀਮੈਂਟ ਕਰ ਨਾ, ਤੂੰ ਲਿਖ ਕੇ ਦੇ ਦੇ, ਤੂੰ ਸਵਾਸ ਤਾਂ ਹੁਣ ਛੱਡਣਾ ਹੀ ਹੈ, ਫਿਰ ਅੰਤਮ ਸਮਾਂ ਆ ਗਿਆ, ਵੀ ਅਸੀਂ ਦੇਖਣਾ ਆਤਮਾ ਕੀ ਚੀਜ਼। ਉਹਨਾਂ ਨੇ ਉਸ ਵਕਤ ਉਹ ਬੰਦੇ ਨੂੰ ਲਿਖਵਾ ਕੇ ਲੈ ਕੇ ਉਹ ਸ਼ੀਸ਼ੇ ਦਾ ਬਣਾ ਕੇ ਬਕਸਾ ਜਾ, ਉਹਦੇ ਉੱਤੇ ਇਕਦਮ 3-4 ਇੰਚ ਮੋਟਾ ਸ਼ੀਸ਼ਾ ਰੱਖ ਕੇ ਉੱਤੋਂ ਚਾਰੇ ਪਾਸਿਓਂ ਇਸ ਤਰ੍ਹਾਂ ਉਹਨੂੰ ਲਾਤੀ ਚੀਜ਼ ਇੱਕ ਕਿ ਹਵਾ ਨਾ ਬਾਹਰ ਨਿਕਲੇ, ਜਿੱਥੋਂ ਬਿਲਕੁਲ ਬਕਸਾ ਬਣਾ ਤਾ ਬੰਦਾ ਅੰਦਰ। ਥੋੜੀ ਦੇਰ ਬਾਅਦ ਜਦ ਬੰਦੇ ਨੇ ਸਰੀਰ ਛੱਡਿਆ, ਸ਼ੀਸ਼ਾ ਇਕਦਮ ਟੁੱਟਿਆ ਸਾਰਾ ਹੀ, ਆਤਮਾ ਵਿੱਚੋਂ ਨਿਕਲ ਗਈ। ਆਤਮਾ ਦੀ ਇੰਨੀ ਸ਼ਕਤੀ ਹੈ, ਉਹਨੇ ਜਦੋਂ ਸ਼ੀਸ਼ੇ ਨੂੰ ਤੋੜਿਆ, ਸਾਇੰਸਦਾਨਾਂ ਨੇ ਮੰਨਿਆ ਯੂਰਪ ਯੂਨੀਵਰਸਿਟੀ ਚ ਵੀ ਹਾਂ ਆਤਮਾ ਹੈ। ਪਰ ਹੁਣ ਇੱਕ ਗੱਲ ਦੀ ਖੋਜ ਹੁਣ ਕਰਨ ਲੱਗੇ ਹੋਏ ਨੇ ਵੀ ਜਦ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਇਹਦੇ ਸਰੀਰ ਤੇ ਲਾਲੀ ਹੈ, ਜਦੋਂ ਮਰ ਜਾਂਦਾ ਹੈ ਕਾਲਾ ਕਿਉਂ ਹੋ ਜਾਂਦਾ, ਹੁਣ ਇਹ ਖੋਜ ਕਰਨ ਲੱਗੇ ਨੇ। ਇਸ ਕਰਕੇ ਇਹ ਸਿੱਧਾ ਵਾਲਾ ਪੁੱਠਾ ਰਸਤਾ ਹੈ ਵੀ ਅਸੀਂ ਉਹਦੀ ਖੋਜ ਦੂਜੇ ਢੰਗ ਨਾਲ ਕਰਨ ਦੀ ਬਜਾਏ ਆਤਮਕ ਅਭਿਆਸੀ ਬਣ ਕੇ ਪਰਮੇਸ਼ਰ ਦੇ ਭਜਨ ਦੁਆਰਾ ਅੰਤਰੀਵ ਖੋਜ ਕਰਕੇ ਉਹਦੇ ਅੰਦਰਲੇ ਗੁਣਾਂ ਨੂੰ ਜਾਣ ਸਕਦੇ ਹਾਂ। ਆਤਮਾ ਨੂੰ ਉਹਨਾਂ ਨੇ ਹੋਰ ਢੰਗ ਨਾਲ ਦੇਖਣਾ ਚਾਹਿਆ, ਆਤਮਾ ਭਗਤੀ ਦੁਆਰਾ ਹੀ ਦਿਖ ਜਾਂਦੀ। ਗੁਰੂ ਗ੍ਰੰਥ ਸਾਹਿਬ ਚ ਬਚਨ ਆਇਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ
ਗੁਰਮਤੀ ਰੰਗ ਮਾਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਤਾਂ ਆਪਾਂ ਜੇ ਦੇਖਣਾ ਚਾਹੀਏ ਭਗਤੀ ਦੁਆਰਾ ਦੇਖ ਸਕਦੇ ਹਾਂ, ਸਾਇੰਸ ਦੁਆਰਾ ਨਹੀਂ। ਸਾਇੰਸ ਦੁਆਰਾ ਤਾਂ ਖੋਜ ਕਰਦੇ ਬਹੁਤ ਟਾਈਮ ਲੱਗ ਜਾਵੇਗਾ। ਸਾਇੰਸ ਨੇ ਤਾਂ ਇਹੀ ਜਿਹੀ ਮਸ਼ੀਨ ਬਣਾਈ ਸੀ ਕਿ ਪਿਛਲੇ ਬਹੁਤ ਯੁੱਗਾਂ ਤੋਂ ਜਿਹੜੀਆਂ ਆਵਾਜ਼ਾਂ ਬ੍ਰਹਿਮੰਡ ਅੰਦਰ ਘੁੰਮ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈਏ। ਇਹਨਾਂ ਨੇ ਕੀਤੀਆਂ ਵੀ, ਪਰ ਇੰਨਾ ਘਾਲਾ ਮਾਲਾ ਆਉਂਦਾ ਪਤਾ ਹੀ ਨਹੀਂ ਲੱਗਦਾ ਕੀ ਕੌਣ ਕੀ ਬੋਲ ਰਿਹਾ। ਪਿਛਲੇ ਯੁੱਗ ਨੂੰ ਦੇਖਣਾ ਔਖਾ, ਆਉਣ ਵਾਲੇ ਯੁੱਗਾਂ ਨੂੰ ਦੇਖਣਾ ਔਖਾ। ਧਰਤੀ ਦੇ ਥੱਲੇ ਕੀ ਹੈ, ਉੱਤੇ ਕਿੰਨੇ ਅਸਮਾਨ ਨੇ, ਇਹ ਵਿਚਾਰੇ ਖੋਜ ਰਹੇ ਨੇ। ਇੱਕ ਖੋਜ ਕਰਦੇ ਨੇ ਫਿਰ ਅਖਬਾਰ 'ਚ ਆਉਂਦਾ, ਟੀਵੀ 'ਤੇ ਆਉਂਦਾ, ਫਿਰ ਉਹ ਸਾਇੰਸਦਾਨ ਦੀ ਫੋਟੋ ਆਉਂਦੀ ਦਿਖਾਈ ਜਾਂਦੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿਤਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਲੈ ਕੇ ਜਿਉਂ ਗਏ ਜਿਉਂ ਗਏ ਕਿ ਨਹੀਂ ਚਿਰ ਨਹੀਂ ਮੁੜਿਓ, ਤਾਂ ਕਹਿੰਦਾ ਮਹਾਰਾਜ ਆਪਾਂ ਤਾਂ ਆਇਆਂ ਨੂੰ 2-3 ਸਾਲ ਹੋ ਗਏ ਆ, ਪਿੱਛੇ ਪਿਤਾ ਜੀ ਉਡੀਕਦੇ ਹੋਣੇ ਆ, ਮਿੰਟ ਹਲੇ ਇੱਕ ਵੀ ਨਹੀਂ ਸੀ ਹੋਇਆ, ਇੱਧਰੋਂ ਇੱਕ ਮਿੰਟ ਵੀ ਨਹੀਂ ਹੋਇਆ, ਉੱਧਰੋਂ ਇੰਨੇ ਟਾਈਮ ਦਿਖਾਤਾ ਉਹਨੂੰ। ਇਹਨੂੰ ਕਹਿੰਦੇ ਮਾਇਆ। ਕੌਲਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਇੱਕ ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਤਾਂ ਆਪ ਅੱਲਾ ਤਾਲਾ, ਇਹ ਤਾਂ ਜਿੱਥੇ ਜਾਂਦੇ ਸੀ ਨਾ ਉੱਥੇ ਇਹਨਾਂ ਦੀ ਸੰਗਤ ਹੈ, ਹਰੇਕ ਬ੍ਰਹਿਮੰਡ ਵਿੱਚ, ਹਰੇਕ ਤਾਰਿਆਂ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੀ ਸੰਗਤ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਕ ਗਿਆਨੀ ਆਤਮਕ ਅਭਿਆਸੀ ਕੋਲ ਇੰਨੀ ਜ਼ਿਆਦਾ ਪਾਵਰ ਹੋ ਜਾਂਦੀ ਹੈ ਕਿ ਦੁਨੀਆਂ ਵਿੱਚ ਇੰਨੀ ਪਾਵਰ ਕਿਸੇ ਕੋਲ ਵੀ ਨਹੀਂ ਹੁੰਦੀ। ਸਿੱਧਾਂ ਕੋਲ ਵੀ ਰਿੱਧੀਆਂ ਸਿੱਧੀਆਂ ਕਰਕੇ ਉੱਡਣ ਸ਼ਕਤੀ ਆ ਜਾਂਦੀ ਹੈ, 18 ਸਿੱਧੀਆਂ 'ਚ ਇੱਕ ਸ਼ਕਤੀ ਹੈ ਕਿ ਆਪਾਂ ਉੱਡ ਕੇ ਜਾ ਸਕਦੇ ਹਾਂ ਕਿਤੇ। ਉਹ ਸਪੀਡ ਹੁੰਦੀ 80 ਕਿਲੋਮੀਟਰ ਜਾਂ 100 ਕਿਲੋਮੀਟਰ। ਜਦ ਭਰਥਰ ਹਰੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਆਸਾਮ ਦੇ ਵਿੱਚ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਰਥਰ ਹਰੀ ਇੱਕ ਜਨਮ ਹੋਰ ਲੈਣਾ ਪੈਣਾ ਹਲੇ। ਕਹਿੰਦੇ ਮਹਾਰਾਜ ਉਹ ਕਿਉਂ? ਕਹਿੰਦੇ ਤੇਰਾ ਇੱਕ ਰਾਜਕੁਮਾਰੀ ਨਾਲ ਨਾਤਾ ਲਿਖਿਆ ਹੋਇਆ ਤੇਰੇ ਕਰਮਾਂ 'ਚ, ਉਹ ਹੋਣਾ, ਉਹਦੇ ਲਈ ਤੈਨੂੰ ਦੁਬਾਰਾ ਜਨਮ ਲੈਣਾ। ਮਹਾਰਾਜ ਇਹ ਤਾਂ ਫਿਰ ਮਾੜੀ ਗੱਲ। ਕਹਿੰਦੇ ਫਿਰ ਤੂੰ ਇਉਂ ਕਰ, ਸਰੀਰ ਹੁਣ ਛੱਡਣ ਲੱਗਿਆ ਤੇ ਤੂੰ ਸਿਰਫ ਇੱਕ ਦਿਖਾਵੇ ਮਾਤਰ ਉਹਦੇ ਨਾਲ ਰਿਸ਼ਤਾ ਕਰ, ਐਸੇ ਘੜੀ ਇਹ ਟਾਲ ਦਿੰਦੇ ਆ, ਫਲਾਨੇ ਥਾਂ ਰਾਜਕੁਮਾਰੀ। ਸੋਚ ਕੇ ਕਹਿੰਦਾ ਮਹਾਰਾਜ ਜੇ ਮੈਂ ਉੱਡ ਕੇ ਗਿਆ ਫਿਰ ਮੈਂ ਪਹੁੰਚ ਨਹੀਂ ਸਕਣਾ, ਮੈਨੂੰ 24 ਘੰਟੇ ਲੱਗ ਜਾਣੇ ਪਹੁੰਚਣ ਨੂੰ। ਮਹਾਰਾਜ ਤੁਸੀਂ ਕੋਈ ਯਤਨ ਕਰੋ। ਮਹਾਰਾਜ ਹੱਸ ਕੇ ਕਹਿੰਦੇ ਬਸ ਇੰਨੀ ਸ਼ਕਤੀ ਹੈ? ਕਹਿੰਦੇ ਸ਼ਕਤੀ ਤਾਂ ਤੇਰੇ 'ਚ ਬਹੁਤ ਹੈ ਪਰ ਤੂੰ ਉੱਥੇ ਤੱਕ ਜਾ ਨਹੀਂ ਸਕਦਾ। ਕਹਿੰਦੇ ਫਿਰ ਅਸੀਂ ਪਹੁੰਚਾਈਏ? ਕਹਿੰਦੇ ਚਲੋ ਪਹੁੰਚਾਓ। ਕਹਿੰਦੇ ਅੱਖਾਂ ਬੰਦ ਕਰ। ਬੰਦ ਕੀਤੀਆਂ, ਧਿਆਨ ਕੀਤਾ ਉਸ ਬਾਗ ਦਾ। ਕਹਿੰਦੇ ਕਹਿ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਕਿਹਾ ਅੱਖਾਂ ਖੋਲ, ਉਹਨਾਂ ਦੇ ਬਾਗ 'ਚ ਬੈਠੇ। ਮਹਾਰਾਜ ਇੰਨੀ ਛੇਤੀ ਕਿਵੇਂ ਆ ਗਏ? ਕਹਿੰਦੇ ਇਹ ਨਾਮ ਦੀ ਸਵਾਰੀ, ਨਾਮ ਹੀ ਇੰਨੀ ਛੇਤੀ ਲਿਆ ਸਕਦਾ ਇਨਸਾਨ ਨੂੰ, ਨਹੀਂ ਤਾਂ ਸੱਚਖੰਡ ਜਾਣ ਨੂੰ ਬਹੁਤ ਟਾਈਮ ਲੱਗ ਜੇ। ਇਸ ਕਰਕੇ ਨਾਮ ਦੀ ਤਾਕਤ ਜਿਹੜੀ ਆ ਸਰਬ ਵਿਆਪਕ ਹੈ। ਅਤੇ ਜਿਹੜੀ ਤੇਰੀਆਂ ਰਿੱਧੀਆਂ ਸਿੱਧੀਆਂ ਨੇ, ਆ ਜਹਾਜ਼ ਨੂੰ ਜੇ ਕਹੀਏ ਵੀ 1 ਸੈਕਿੰਡ ਵਿੱਚ ਇੰਡੀਆ ਪਹੁੰਚ ਜੇ, ਨਹੀਂ ਪਹੁੰਚ ਸਕਦਾ, ਪਰ ਫੋਨ ਘੁਮਾਓ ਤਾਂ ਹੁਣੇ ਲੱਗ ਜਾਂਦਾ ਇੰਡੀਆ। ਫੋਨ ਤਾਂ ਇੱਦਾਂ ਵੀ ਤੇਜ਼ ਜਾਂਦਾ ਜਹਾਜ਼ ਤੋਂ ਵੀ। ਇਹ ਸ਼ਕਤੀ ਹੈ। ਤੇ ਮਨ ਨੂੰ ਕਹੋ ਤਾਂ ਹਰਿਮੰਦਰ ਸਾਹਿਬ ਅੱਧਾ ਹਰ ਕਿਹਾ ਸੀਗਾ, ਮਨ ਦੇ ਮੂਹਰੇ ਫੋਟੋ ਆ ਗਈ, ਹਰਿਮੰਦਰ ਸਾਹਿਬ ਪਹੁੰਚ ਵੀ ਗਏ ਆਪਾਂ। ਮਨ ਦੀ ਸ਼ਕਤੀ ਉਸ ਤੋਂ ਵੀ ਤੇਜ਼ ਹੈ। ਇਸ ਕਰਕੇ ਸਾਡੇ ਅੰਦਰ ਜਿਹੜਾ ਮਨ ਹੈ, ਇਹੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ। ਸਤਿਗੁਰੂ ਕਹਿੰਦੇ ਮਨ ਜੀਤੈ ਜਗ ਜੀਤ, ਮਨ ਨੂੰ ਜਿੱਤ ਲੈਣਾ ਕਰੋ। ਗਾਵੈ ਕੋ ਜਾਪੈ ਦਿਸੈ ਦੂਰ, ਉਹ ਜੋ ਪਰਮਾਤਮਾ ਜਾਣੇ ਯੋਗ ਹੈ ਨਾ, ਦਿਸਣੇ ਤੋਂ ਦੂਰ ਹੈ, ਅੱਖਾਂ ਨਾਲ ਦਿਖਦਾ ਨਹੀਂ ਜਦ ਤੱਕ ਉਹਦੀ ਮਰਜ਼ੀ ਨਾ ਹੋਵੇ। ਦੂਰ ਕਿਵੇਂ ਹੈ? ਹੁਣ ਆਪਣੇ ਕੋਲੇ ਵੀ ਨਹੀਂ ਦੇਖੋ, ਐ ਅੰਦਰ ਹਿਰਦੇ 'ਚ ਬੈਠ ਕੇ ਮਿੱਟੀ ਨੂੰ ਸੱਤਾ ਦੇ ਕੇ ਇਹਨੂੰ ਬੁਲਵਾਉਂਦੇ ਨੇ। ਸੰਗਤ ਨੂੰ ਸੱਤਾ ਦੇ ਕੇ ਕੰਨਾਂ ਰਾਹੀਂ ਸੁਣਨ ਦਾ ਬਲ ਦਿੱਤਾ ਹੋਇਆ, ਪਰ ਮੈਂ ਕਹਾਂ ਪਰਮਾਤਮਾ ਆਪਣੇ ਕੋਲ ਅੰਦਰ ਹਿਰਦੇ 'ਚ ਬਾਹਰ ਹੈ। ਆਪਾਂ ਕਹਾਂਗੇ ਕਿੱਥੇ, ਦਿਖਾਓ ਮੈਨੂੰ। ਮਹਾਰਾਜ ਕਹਿੰਦੇ ਇਸੇ ਕਰਕੇ ਤਾਂ ਹੈ ਕਿ ਉਹਦੇ ਬਲ ਨੂੰ ਕੌਣ ਗਾ ਸਕਦਾ, ਹਰ ਜੀ ਸੂਖਮ ਅਗਮ ਹੈ ਕਿ ਵਿਧ ਮਿਲਿਆ ਜਾਏ।
ਗਾਵੈ ਕੋ ਵੇਖੈ ਹਾਦਰਾ ਹਦੂਰ। ਉਹ ਜੋ ਵਾਹਿਗੁਰੂ ਅਕਾਲ ਪੁਰਖ ਹੈ ਨਾ, ਹਦੂਰ ਤੋਂ ਭਾਵ ਪ੍ਰਪੰਚ ਦੇ ਵਿੱਚ, ਸੰਸਾਰ ਦੇ ਵਿੱਚ ਸਭ ਨੂੰ ਆਪਣੇ ਹਾਜ਼ਰ ਵੇਖ ਰਿਹਾ, ਉਹਦੇ ਬਲ ਨੂੰ ਕੌਣ ਗਾ ਸਕਦਾ? ਹਾਜ਼ਰ ਨਾਜ਼ਰ ਜੋ ਸਾਨੂੰ ਸਾਰਿਆਂ ਨੂੰ ਹੁਣ ਦੇਖ ਰਿਹਾ ਉਹ, ਪਰ ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ। ਇਸ ਦੇ ਅੰਤਰੀ ਭਾਵ ਚ ਕਹਿੰਦੇ ਨੇ ਗਾਵੈ ਕੋ, ਕੋਈ ਕਹਿੰਦੇ ਇਉਂ ਗਾਉਂਦਾ, ਹੁਣ ਜਸ ਕਰਕੇ ਗਾਉਣਾ ਇੱਕ ਤਾਂ ਸੀ ਉਹਨੂੰ, ਦੂਸਰੀ ਤਾਂ ਖੋਜ ਕਰਕੇ ਗਾਉਣਾ, ਸ਼ਰੀਕ ਬਣ ਕੇ, ਵਿਰੋਧੀ ਬਣ ਕੇ, ਇੱਕ ਹੈ ਉਹਦਾ ਸ਼ਰਧਾਲੂ ਬਣ ਕੇ। ਗਾਵੈ ਕੋ, ਕੋਈ ਇਉਂ ਗਾਉਂਦਾ ਉਹਦਾ ਪ੍ਰੇਮੀ ਕਿ ਵਾਹਿਗੁਰੂ ਬਹੁਤ ਦੂਰ ਹੈ, ਸੱਚਖੰਡ ਵਸੈ ਨਿਰੰਕਾਰ, ਉਹ ਇਉਂ ਗਾਉਂਦਾ। ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਇਉਂ ਗਾਉਂਦਾ ਕਿ ਵਾਹਿਗੁਰੂ ਤਾਂ ਦੇਖੋ ਸਾਹਮਣੇ ਹੀ ਦੇਖ ਰਿਹਾ, ਉਹ ਤਾਂ ਸਾਨੂੰ ਸਾਰੇ ਸਾਡੀਆਂ ਚੀਜ਼ਾਂ ਨੂੰ ਦੇਖ ਰਿਹਾ। ਵਾਹਿਗੁਰੂ ਅਕਾਲ ਪੁਰਖ ਤੋਂ ਵੀ ਆਪਾਂ ਕਿਤੇ ਲੁਕੇ ਛਿਪੇ ਥੋੜੀ ਹੈ, ਪਰਮਾਤਮਾ ਤਾਂ ਸਾਨੂੰ ਸਾਰਿਆਂ ਨੂੰ ਦੇਖ ਹੀ ਰਹੇ ਨੇ। ਹੁਣ ਵੀ ਇਸ ਨੂੰ ਪ੍ਰਗਟ ਕਰਨ ਲਈ ਚੀਜ਼ ਨੂੰ ਮਨ ਦੇ ਅੰਦਰ ਉਸੇ ਅਨੁਭਵ ਤੇ ਆਪਣੇ ਆਪ ਨੂੰ ਟਿਕਾ ਕੇ ਕਿ ਵਾਹਿਗੁਰੂ ਦੇਖ ਰਿਹਾ ਹੈ, ਇਸ ਬੇਤੀ ਨੂੰ ਲੈ ਕੇ ਸਿਮਰਨ ਕਰਨਾ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤੋ ਨਾ ਜਾਈ, ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤੋ ਨਾ ਜਾਈ, ਲੱਖ ਵਾਰੀ ਕਹੋ ਕਰੀ ਜਾਓ ਸਿਮਰਨ, ਬਸ ਜੈ ਜੈ ਪੇਖੋ। ਇਹਦੇ ਚ ਮਨ ਇਕਾਗਰ ਹੋ ਜਾਣਾ ਪੰਕਤੀ ਚ, ਜਿਉਂ ਹੀ ਮਨ ਨੇ ਇੱਕ ਹੋਣਾ ਇਸ ਪੰਕਤੀ ਚ, ਉਹਨੇ ਸਾਹਮਣੇ ਦਿਖ ਜਾਣਾ ਉਸੇ ਵਕਤ। ਮਿਹਨਤ ਬਹੁਤ ਕਰਨੀ ਪੈਂਦੀ ਹੈ, ਬਾਕੀ ਉਹਦੀ ਮਰਜ਼ੀ ਹੈ। ਕਈਆਂ ਨੂੰ ਤਾਂ ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਕੋਲ ਦੋ ਪ੍ਰੇਮੀ ਆਏ, ਕਹਿੰਦੇ ਮਹਾਰਾਜ ਇੱਕ ਸ਼ੰਕਾ, ਕਹਿੰਦੇ ਕੀ ਭਾਈ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਕਿਵੇਂ ਹੁੰਦਾ? ਕਹਿੰਦੇ ਅੱਖਾਂ ਬੰਦ ਕਰੋ, ਕਹਿੰਦੇ ਹੁਣ ਖੋਲੋ। ਉਹਨਾਂ ਨੂੰ ਸਾਰੇ ਕਿਤੇ ਪਰਮਾਤਮਾ ਦੀ ਜੋਤ ਦਿਖਾ ਤੀ, ਕਹਿੰਦੇ ਇਹ ਤਾਂ ਸਾਰੇ ਕਿਤੇ ਨਜ਼ਰ ਆ ਰਹੇ ਹੈ। ਕਹਿੰਦੇ ਜਾਓ ਬਸ ਹੁਣ ਆਨੰਦ ਲਓ। ਕਹਿੰਦੇ ਮਹਾਰਾਜ ਅਸੀਂ ਤਾਂ ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਭਗਤੀ ਨਹੀਂ, ਕੁਛ ਨਹੀਂ ਕੀਤਾ, ਇੰਨੀ ਵੱਡੀ ਦਾਤ। ਕਹਿੰਦੇ ਪਿਛਲੇ ਜਨਮ ਤੁਸੀਂ ਪ੍ਰਾਪਤੀ ਦੇ ਨੇੜੇ ਪਹੁੰਚ ਗਏ ਸੀ, ਪਰ ਤੁਹਾਨੂੰ ਦੋਨਾਂ ਨੂੰ ਹਉਮੈ ਹੋ ਗਈ ਸੀ, ਹਉਮੈ ਹੋਣ ਕਰਕੇ ਇੱਕ ਜਨਮ ਪਰਮਾਤਮਾ ਨੇ ਹੋਰ ਦਿੱਤਾ, ਇਸ ਜਨਮ ਚ ਬਸ ਅਸੀਂ ਤੁਹਾਨੂੰ ਦੇਣਾ ਹੀ ਸੀ, ਜਾਓ ਆਨੰਦ ਮਾਣੋ। ਹੁਣ ਤੁਸੀਂ ਜਦੋਂ ਇਹ ਪੁੱਛਿਆ ਨਾ ਆ ਕੇ ਵੀ ਇਹ ਕਿਵੇਂ ਹੋ ਜਾਂਦਾ, ਤੁਹਾਡੀ ਹਉਮੈ ਉਦੋਂ ਨੀਵੀਂ ਹੋ ਗਈ, ਖਤਮ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਵਾਹਿਗੁਰੂ ਹੈ ਹਾਜ਼ਰਾ ਹਜ਼ੂਰੀ, ਪਰ ਨਿਮਰਤਾ ਨਾਲ ਦਿਖਦੇ ਨੇ। ਜੇ ਕੋਈ ਕਹੇ ਮੈਨੂੰ ਦਿਖਾ ਕਿੱਥੇ ਆ, ਫੇਰ ਨਜ਼ਰ ਨਹੀਂ ਆਉਂਦੇ। ਕੋਲ ਹੁੰਦਿਆਂ ਹੋਇਆਂ ਧੰਨਾ ਕਹਿਣ ਲੱਗਿਆ ਤਰਲੋਚਨ ਬ੍ਰਾਹਮਣ ਨੂੰ, ਆ ਮੇਰੇ ਕੋਲ ਖੜੇ ਨੇ। ਤਰਲੋਚਨ ਕਹਿਣ ਲੱਗਿਆ ਮੈਨੂੰ ਤਾਂ ਨਜ਼ਰ ਨਹੀਂ ਆਉਂਦੇ। ਕਹਿੰਦੇ ਮਹਾਰਾਜ ਇਹਨੂੰ ਦਰਸ਼ਨ ਦਿਓ। ਕਹਿੰਦਾ ਇਹ ਚਲਾਕ ਆਦਮੀ, ਬੜਾ ਪਾਪੀ ਹੈ, ਇਹਨੇ ਤੈਨੂੰ ਪੱਥਰ ਲਪੇਟ ਕੇ ਦੇ ਤਾ, ਐਵੇਂ ਗਊ ਲਵੇਰੀ ਲੈ ਲਈ, ਇਹੋ ਜਿਹੇ ਚਲਾਕ ਬੰਦੇ ਨੂੰ ਮੈਂ ਦਰਸ਼ਨ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਣਾ ਚਾਹੇ ਨਿਮਰਤਾ ਨਾਲ, ਬਹੁਤ ਹੀ ਅਧੀਨਗੀ ਨਾਲ, ਉਹਨੂੰ ਤਾਂ ਸਾਖਿਆਤ ਦਿਖ ਜਾਂਦੇ ਨੇ। ਜਿਹੜਾ ਆਕੜ ਨਾਲ ਕਹੇ, ਹੰਕਾਰ ਵਿੱਚ ਕਹੇ, ਆਪਣੀ ਬਲ ਬੁੱਧੀ ਕਰਕੇ ਕਹੇ, ਸਰੀਰਕ ਬਲ ਕਰਕੇ ਕਹੇ, ਪੈਸਿਆਂ ਦੇ ਬਲ ਕਰਕੇ ਕਹੇ, ਉਹਨੂੰ ਨਹੀਂ ਦਿਖਦੇ। ਕਥਨਾ ਕਥੀ ਨਾ ਆਵੈ ਤੋਟ, ਉਹਦੀ ਕਥਾ ਕਥਨ ਕਰਦਿਆਂ ਹੋਇਆਂ ਉਹਦਾ ਅੰਤ ਨਹੀਂ ਪਾ ਸਕਦਾ ਕੋਈ, ਕਿ ਮੈਂ ਇੰਨੀ ਡੂੰਘੀ ਕਥਾ ਕਰਤੀ, ਮੈਂ ਜਿੰਨੀ ਮਰਜ਼ੀ ਕਥਾ ਕਰੀ ਜਾਵੇ ਕੋਈ। ਸੋ ਜਿਵੇਂ ਆਤਮਕ ਗਿਆਨ ਆਪਾਂ ਕਥਾ ਕੀਤੀ ਹੈ, ਉਹਦੇ ਵਿੱਚ ਤਾਂ ਬਿਲਕੁਲ ਅੰਦਰ ਤੱਕ ਦੀਆਂ ਸਾਰੀਆਂ ਅਵਸਥਾ ਦਾ ਵੀ ਕਥਨ ਆ ਗਿਆ, ਪਰ ਇਹ ਥੋੜ੍ਹੀ ਕਿ ਉਹਦੇ ਕਥਾ ਦੇ ਕਰਨ ਨਾਲ ਆਪਾਂ ਨੂੰ ਨਜ਼ਰ ਆਉਣ ਲੱਗ ਜਾਂਦਾ। ਉਹਦਾ ਇੱਕ ਰਸਤਾ ਦਿਖਾਇਆ, ਅਭਿਆਸੀ ਪੁਰਸ਼ ਅਭਿਆਸ ਕਰਕੇ ਹੀ ਦੇਖ ਸਕਦੇ ਨੇ, ਕਥਨ ਕਰਨ ਦੇ ਨਾਲ ਨਹੀਂ ਤੋਟ ਪੈ ਸਕਦੀ, ਉਹਦਾ ਅੰਤ ਨਹੀਂ ਆ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਨੇ ਕਥਨ ਕੀਤਾ, ਪਿੱਛੇ ਵੀ ਤਾਂ ਕੀਤਾ ਹੀ ਹੈ, ਕਰੋੜਾਂ ਨੇ ਕਥਤਾ ਹੋ ਕੇ ਕੋਟਾਨ ਕੋਟ ਵੇਰੀ ਉਹਦਾ ਕਥਾ ਕਰਦਿਆਂ ਕਰਦਿਆਂ ਬ੍ਰਹਮਾ ਕਥ ਕਥ ਅੰਤ ਨਾ ਪਾਇਆ, ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਉਹਦਾ ਅੰਤ ਪਾਉਣ ਦਾ ਯਤਨ ਕਰਨਗੇ ਲੋਕੀ, ਮੈਂ ਅੰਤ ਪਾ ਲਵਾਂਗਾ, ਪਰ ਉਹਦਾ ਅੰਤ ਨਹੀਂ ਆ ਸਕਦਾ। ਕਥਾ ਇੱਕ ਵੱਖਰਾ ਵਿਸ਼ਾ ਹੈ,
ਭਗਤੀ ਕਰਨੀ ਇੱਕ ਵੱਖਰੀ ਗੱਲ ਹੈ। ਫਿਰ ਕਥਾ ਤਾਂ ਰਸਤਾ ਦੱਸਦੀ ਹੈ, ਨਕਸ਼ਾ ਦੇਖ ਲੈਣਾ ਹੀ ਪਹੁੰਚਾ ਨਹੀਂ ਦਿੰਦਾ ਹੈ। ਕਥਾ ਤਾਂ ਸਿਰਫ ਨਕਸ਼ਾ ਘੜ ਕੇ ਰੱਖ ਦਿੰਦੀ ਹੈ, ਜਿਹ ਨਾਲ ਜੀਵ ਨੂੰ ਮਨ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ, ਫਲ ਵੀ ਮਿਲਦਾ ਹੈ ਕਥਾ ਦਾ। ਸੁਣ ਹਰ ਕਥਾ ਉਤਾਰੀ ਮੈਲ, ਪਰ ਭਗਤੀ ਫੇਰ ਆਪਣੀ ਕਰਨੀ ਪੈਂਦੀ, ਕਿਉਂਕਿ ਭਗਤੀ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਵੈਸੇ ਕਥਾ ਵੀ ਇੱਕ ਭਗਤੀ ਹੈ, 8 ਘੰਟੇ ਭਗਤੀ ਕਰਨੀ, 1 ਘੰਟਾ ਕਥਾ ਕਰਨੀ ਹੈ, ਇਹ ਬਰਾਬਰ ਹੈ। 8 ਘੰਟੇ ਹਲ ਵਾਹ ਲੈਣਾ, 1 ਘੰਟਾ ਕਥਾ ਕਰਨੀ, ਇੱਕ ਬਰਾਬਰ ਹੈ। ਇੰਨਾ ਦਿਮਾਗ ਖਿੱਚਿਆ ਜਾਂਦਾ ਇਹਦੇ 'ਚ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਰਨ ਵਾਲੇ ਲਈ ਕਿਹਾ ਹੈ, ਹੁਣ ਸੁਣਨ ਵਾਲੇ ਲਈ। ਜਦੋਂ ਸੁਣਨ ਵਾਲਾ ਸੁਣਦਾ, ਜਿੰਨਾ ਚਿਰ ਸੁਣਦਾ, ਜਿੰਨਾ ਚਿਰ ਕਹਿੰਦੇ ਪੱਥਰ ਪਾਣੀ ਵਿੱਚ ਹੈ ਉਨਾ ਚਿਰ ਗਿੱਲਾ ਹੈ। ਪਾਣੀ ਤੋਂ ਬਾਹਰ ਕੱਢ ਕੇ ਪੱਥਰ ਰੱਖਿਆ, ਦੇਖਦਿਆਂ ਦੇਖਦਿਆਂ ਪਾਣੀ ਉੱਡ ਗਿਆ, ਸੁੱਕ ਗਿਆ ਪੱਥਰ। ਚੁੱਲ੍ਹੇ ਦੇ ਉੱਤੇ ਜਿੰਨਾ ਚਿਰ ਪਾਣੀ ਹੈ ਉਨਾ ਚਿਰ ਹੀ ਉੱਬਲਦਾ। ਜਦੋਂ ਚੁੱਲ੍ਹੇ ਤੋਂ ਲਾ ਲਈਏ ਜਾਂ ਚੁੱਲ੍ਹਾ ਗੈਸ ਬੰਦ ਕਰਤੀ, ਉਸੇ ਵਕਤ ਪਾਣੀ ਉੱਬਲਣਾ ਹਟ ਜਾਂਦਾ, ਥੋੜ੍ਹੀ ਦੇਰ ਬਾਅਦ ਠੰਡਾ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਕਥਾ ਸੁਣਦਿਆਂ ਤਾਂ ਬੜਾ ਮਨ ਬਣਦਾ, ਬ੍ਰਹਮ ਗਿਆਨੀ ਬਣਨ ਨੂੰ ਜੀ ਕਰਦਾ, ਸਿਮਰਨ ਨੂੰ ਜੀ ਕਰਦਾ। ਜਿਉਂ ਹੀ ਕਥਾ ਸੁਣ ਕੇ ਬਾਹਰ ਆਏ, ਸੰਸਾਰ ਦੇ ਕੰਮਾਂ ਨੇ ਘੇਰਾ ਪਾਇਆ, ਕਹਿੰਦੇ ਉਸ ਵਕਤ ਸਭ ਕੁਛ ਦੋਨਾਂ ਦਾ ਹੀ ਖਤਮ ਹੋ ਜਾਂਦਾ। ਇਸ ਕਰਕੇ ਜੇ ਸੁਣਨ ਤੋਂ ਬਾਅਦ ਥਿਊਰੀ, ਫਿਰ ਉਹ ਪ੍ਰੈਕਟੀਕਲ 'ਚ ਲੈ ਆਵੇ। ਜੇ ਕਥਾ ਸੁਣ ਕੇ 1 ਘੰਟਾ ਬਾਅਦ ਸਿਮਰਨ ਕਰੇ ਤਾਂ ਉਹ ਪ੍ਰੈਕਟੀਕਲੀ ਥਿਊਰੀ ਬਣ ਜਾਂਦੀ, ਉਹ ਫਿਰ ਉਹਦੇ ਛੇਤੀ ਪ੍ਰਾਪਤੀ ਹੁੰਦੀ। ਸੋ ਇਸ ਕਰਕੇ ਬਹੁਤੇ ਪੁਰਾਣੇ ਸਮੇਂ ਵਿੱਚ ਮਹਾਂਪੁਰਸ਼ ਐਸਾ ਕਰਦੇ, ਕਥਾ ਤੋਂ ਬਾਅਦ 2-2 ਘੰਟੇ ਸਿਮਰਨ ਕਰਨਾ, ਬਾਣੀ ਪੜ੍ਹਨੀ, ਸੰਗਤ ਨੇ ਪਾਠ ਕਰਨਾ, ਉਹ ਪ੍ਰਾਪਤੀ ਬਹੁਤ ਛੇਤੀ ਹੋ ਜਾਂਦੀ ਹੈ। ਪਰ ਜਦੋਂ ਸੁਣ ਲਈ ਫਿਰ ਕਹਿੰਦਾ ਹੁਣ ਮੈਂ ਵਿਚਾਰ ਕਰਾਂਗਾ, ਕਰਨਾ ਤਾਂ ਚਾਹੀਦਾ ਪਾਠ, ਇਸ ਤਰ੍ਹਾਂ ਕਰਨਾ ਚਾਹੀਦਾ ਕਰਕੇ ਜੀਵ ਕਈ ਸਾਲ ਕੱਢ ਦਿੰਦਾ ਜ਼ਿੰਦਗੀ ਦੇ, ਪਰ ਉਹਨੂੰ ਪ੍ਰਾਪਤੀ ਨਹੀਂ ਹੁੰਦੀ, ਮਹਾਰਾਜ ਕਹਿੰਦੇ ਨੇ। ਇਸ ਕਰਕੇ ਸਿੱਧ ਕਹਿਣ ਲੱਗੇ ਮਹਾਰਾਜ ਮਾਤ ਲੋਕ ਨਿਵਾਸੀ ਜੀਵਾਂ ਦੀ ਹਸਤੀ ਨੀਵੀਂ ਹੈ, ਇਹਨਾਂ ਦੀ ਬੁੱਧੀ ਤੁੱਛ ਹੈ। ਤਾਂ ਦੇਵਤਿਆਂ ਦੀ ਬੁੱਧੀ ਤਾਂ ਬਹੁਤ ਵੱਡੀ ਹੁੰਦੀ ਆ, ਤੇ ਉਹਦੀ ਕਥਾ ਨੂੰ ਕਥਨ ਕਰਨ ਦਾ ਤਾਂ ਅੰਤ ਆ ਜਾਂਦਾ ਹੋਵੇਗਾ ਦੇਵਤਿਆਂ ਪਾਸੋਂ। ਮਹਾਰਾਜ ਕਹਿੰਦੇ ਕਰੋੜਾਂ ਵਾਰ ਵਿਸ਼ਨੂੰ ਨੇ ਉਹਦੀ ਕਥਾ ਨੂੰ ਕਥਿਆ, ਤੁਹਾਨੂੰ ਕੀ ਪਤਾ? ਕਰੋੜਾਂ ਵਾਰ ਬ੍ਰਹਮਾ ਨੇ ਉਹਦੀ ਕਥਾ ਨੂੰ ਕੀਤਾ, ਕਰੋੜਾਂ ਵਾਰ ਹੀ ਸ਼ਿਵ ਜੀ ਨੇ ਉਹਦੀ ਕਥਾ ਨੂੰ ਕਥਿਤ ਕੀਤਾ, ਪਰ ਹਾਲੇ ਤੱਕ ਉਹਨਾਂ ਨੂੰ ਅੰਤ ਨਹੀਂ ਆਇਆ। ਤੇ ਆਪਾਂ ਜਿਹੜੇ ਤੁੱਛ ਬੁੱਧੀ ਵਾਲੇ ਜੀਵ ਆ, ਆਪਾਂ ਕਿੱਥੋਂ ਅੰਤ ਪਾ ਲਵਾਂਗੇ? ਉਹਦੀ ਜਿਹੜੀ ਕਥਾ, ਉਹ ਕਥਨ ਯੋਗ ਹੈ, ਕਥੀ ਹੋ ਕੇ ਕਰੋੜਾਂ ਲੋਕਾਂ ਨੇ ਉਹਦੀ ਕਥਾ ਨੂੰ ਕਥਨ ਕੀਤਾ ਹੈ, ਪਰ ਕਥਨਾ ਕਰਕੇ ਉਹਦਾ ਅੰਤ ਨਹੀਂ ਪੈ ਸਕਦਾ। ਅੰਤ ਪਾਉਣਾ ਅਲੱਗ ਮੈਟਰ ਹੈ, ਅੰਤ ਤਾਂ ਸਿਰਫ ਉਹ ਹੀ ਜਾਣਦਾ ਕਿ ਉਹਦਾ ਅੰਤ ਕਿੰਨਾ ਕੁ ਵੱਡਾ ਹੈ, ਕੋਈ ਮਨੁੱਖ ਨਹੀਂ ਜਾਣਦਾ। ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਜਾਣਨ, ਦਸੇ ਸਰੂਪ ਜਾਣਨ, ਅਕਾਲ ਪੁਰਖ ਵਾਹਿਗੁਰੂ ਜਾਣੇ, ਬਾਕੀ ਤੀਜੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੰਨਾ ਕੁ ਵੱਡਾ। ਹਾਂ ਖੁਸ਼ੀ ਹੋ ਜੇ ਭਾਵੇਂ ਦਿਖਾ ਦੇਣ, ਜੇ ਕਿਸੇ ਭਗਤ ਤੇ ਬਹੁਤੇ ਖੁਸ਼ ਹੁੰਦੇ ਨੇ ਉਹਨੂੰ ਦਿਖਾ ਸਕਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਲ ਥਲ ਮਹੀਪ ਬਨ ਤਨ ਦੁਰੰਤ, ਜੇ ਨੇਤ ਨੇਤ ਨਿਸ ਦਿਨ ਉਚਰੰਤ। ਮਹਾਰਾਜ ਕਹਿੰਦੇ ਦੇਖੋ ਨੇਤ ਨੇਤ ਕਥੰਤ ਬੇਦਾ, ਨਾ ਤਾਂ ਉੱਪਰਲੇ ਜੀਵ ਉਹਦਾ ਅੰਤ ਪਾ ਸਕਦੇ ਨੇ ਨਾ ਥੱਲੇ ਵਾਲੇ। ਤੇਰੇ ਭਵਨ ਮਹੀਪ ਸੁਰ ਨਾਲ ਅਸੁਰ ਨੇਤ ਨੇਤ ਬੰਦ ਤ੍ਰਿਣ ਕਹਿਤ। ਫਿਰ ਕਹਿਣ ਲੱਗੇ ਆਪ ਜੀ ਨੇ ਜਿਸ ਵਾਹਿਗੁਰੂ ਦਾ, ਉਹ ਵਾਹਿਗੁਰੂ ਅਕਾਲ ਪੁਰਖ ਦੀ ਤਥਾ ਅਕਥ ਕਹੀ ਹੈ ਕਥਾ, ਉਹ ਜੀਵਾਂ ਨੂੰ ਪਦਾਰਥ ਦਿੰਦਾ ਹੋਇਆ ਕਦੇ ਤਾਂ ਥੱਕ ਜਾਂਦਾ ਹੋਵੇਗਾ, ਆਰਾਮ ਕਰਨ ਲੱਗ ਜਾਂਦਾ ਹੋਵੇਗਾ। ਪਰਮਾਤਮਾ ਦਿੰਦਾ ਦੇ ਲੈਂਦੇ ਥੱਕ ਪਾਹੇ, ਕਹਿੰਦੇ ਦਿੰਦਾ ਜੋ ਪਰਮਾਤਮਾ ਦਾਤਾਂ ਦੇਣ ਵਾਲਾ, ਮਹਾਰਾਜ ਕਹਿੰਦੇ ਉਹ ਨਹੀਂ ਥੱਕਦਾ। ਇਹ ਜਿਹੜੇ ਜੀਵ ਨੇ ਨਾ, ਇਹ ਥੱਕ ਜਾਂਦੇ ਨੇ, ਭਾਵ ਮਰ ਜਾਂਦੇ ਨੇ, ਅਖੀਰ ਨੂੰ ਖਤਮ ਹੋ ਜਾਂਦੇ ਨੇ। ਬਾਰਕ ਵਾਂਗੀ ਹਾਂ ਸਭ ਕੁਛ ਮੰਗਾਂ, ਦਿੰਦੇ ਤੋਟ ਨਾਹੀਂ ਪ੍ਰਭ ਰੰਗਾ। ਵਾਹਿਗੁਰੂ ਨੂੰ ਦਿੰਦਿਆਂ ਕੋਈ ਅੰਤ ਨਹੀਂ, ਉਹ ਤਾਂ ਦਿੰਦਾ ਹੀ ਰਹਿੰਦਾ ਰੋਜ਼ ਰਾਤ ਦਿਨ। ਵਾਹਿਗੁਰੂ ਤਾਂ ਰਾਤ ਦਿਨ ਦਾਤਾਂ ਦਿੰਦਾ। ਤੇ ਫਿਰ ਇਹ ਨਹੀਂ ਵੀ ਜੀਵ ਜਿਹੜੇ ਨੇ ਥੋੜਾ ਚਿਰ ਖਾ, ਮਹੀਨਾ 2 ਮਹੀਨੇ ਖਾ ਕੇ ਬੰਦ ਕਰ ਦਿੰਦੇ ਨੇ, ਜਾਂ 100 ਸਾਲ ਖਾ ਕੇ ਬੰਦ ਕਰਤੀ, ਜਾਂ 1 ਯੁੱਗ ਵਿੱਚ ਖਾਧਾ।
ਜੁਗਾ ਜੁਗੰਤਰ ਖਾਹੀ ਖਾਹ। ਇਹ ਜਿਹੜੇ ਜੀਵ ਨੇ ਨਾ ਜੁਗਾਂ ਜੁਗੰਤਰਾਂ ਤੱਕ ਨਵੇਂ ਤੋਂ ਨਵੇਂ ਜੁਗਾਂ ਦੇ ਵਿੱਚ ਨਵੇਂ ਨਵੇਂ ਸਰੀਰ ਧਾਰ ਕੇ ਜਨਮ ਲੈ ਕੇ ਪਦਾਰਥਾਂ ਨੂੰ ਖਾਈ ਤੁਰੇ ਜਾਂਦੇ ਨੇ, ਖਾਈ ਤੁਰੇ ਜਾਂਦੇ ਨੇ, ਵਾਹਿਗੁਰੂ ਦੇਈ ਤੁਰੇ ਜਾਂਦੇ ਨੇ। ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ, ਵਾਹਿਗੁਰੂ ਦਾ ਕੋਈ ਸਿਰਾ ਨਹੀਂ ਹੈ। ਇਸ ਕਰਕੇ ਤੁਸੀਂ ਆਪਣੀ ਤੁੱਛ ਬੁੱਧੀ ਨਾਲ ਉਹ ਗੱਲਾਂ ਨਾ ਕਰੋ ਜਿਸ ਕਰਕੇ ਆਪਾਂ ਪਰਮਾਤਮਾ ਤੋਂ ਦੂਰ ਹੋ ਸਕੀਏ। ਇੱਕ ਬੰਦੇ ਦੇ ਅੰਦਰ ਹੁੰਦੀ ਜਿਵੇਂ ਕਰੋੜੀਆ ਸੀ, ਕਰੋੜੀ ਮੱਲ ਜਿਹਦੀ ਥਾਂ 'ਚ ਕਰਤਾਰਪੁਰ ਸਾਹਿਬ ਮਹਾਰਾਜ ਨੇ ਲੰਗਰ ਲਾ ਤਾ। ਕਿਸੇ ਨੇ ਦੱਸਿਆ ਵੀ ਗੁਰੂ ਨਾਨਕ ਪਾਪਾ ਜੀ ਨੇ ਤੇਰੇ ਖੇਤਾਂ 'ਚ ਲੰਗਰ ਲਾ ਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਲ ਵਿਰੋਧ ਕਰਕੇ ਉੱਠਿਆ ਮੰਜੇ ਤੋਂ, ਮੈਂ ਜਾ ਕੇ ਕਰਦਾ ਠੀਕ ਉਹਨਾਂ ਨੂੰ, ਮੈਂ ਉਹਨਾਂ ਨੂੰ ਭਜਾਉਂਦਾ ਉੱਥੋਂ। ਉਹ ਜਦ ਘੋੜੀ ਤੇ ਚੜ੍ਹਨ ਲੱਗਿਆ, ਘੋੜੀ ਦਾ ਥੱਲਿਓਂ ਕੋਈ ਬੈਲਟ ਜੀ ਕਸੀ ਨਹੀਂ ਸੀ ਹੋਈ, ਉਹ ਨਾ ਕਸੀ ਹੋਣ ਕਰਕੇ ਸਾਰੀ ਕਾਠੀ ਜੀ ਸਣੇ ਹੀ ਥੱਲੇ ਡਿੱਗਿਆ, ਲੱਤ ਟੁੱਟ ਗਈ, 6 ਮਹੀਨੇ ਪਿਆ ਰਿਹਾ। ਫਿਰ ਕਿਸੇ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਇੰਨੇ ਵੱਡੇ ਨੇ, ਇੰਨੇ ਵੱਡੇ ਤੂੰ ਉਹਨਾਂ ਕੋਲ ਆਕੜ ਕੇ ਚੱਲਿਆ ਸੀ, ਨੀਵਾਂ ਹੋ ਕੇ ਜਾ। ਲੱਤ ਠੀਕ ਹੋਈ ਫਿਰ ਤੁਰ ਕੇ ਗਿਆ ਹੌਲੀ ਹੌਲੀ। ਇੱਕ ਵਾਰ ਤਾਂ ਘੋੜੀ ਤੇ ਗਿਆ ਸੀ, ਜਦੋਂ ਅੰਨਾ ਹੋ ਜਾ ਕਰੇ ਫਿਰ ਮੁੜਿਆ ਕਰੇ, ਇਹ ਕੌਤਕ ਵੀ ਵਰਤਿਆ। ਜਦੋਂ ਫਿਰ ਨੀਵਾਂ ਹੋ ਕੇ ਗਿਆ ਨਾ ਉੱਥੇ, ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ। ਇਸ ਕਰਕੇ ਜਿਹੜਾ ਇਨਸਾਨ ਹੈ ਇਹਦੇ ਅੰਦਰ ਜਿਹੜੀ ਬੁੱਧੀ ਹੈ, ਇਹਦੇ ਕੋਲ ਵਿੱਦਿਆ, ਇਹਦੇ ਕੋਲ ਪੈਸਾ, ਇਹਦੇ ਕੋਲ ਬਲ ਹੈ, ਇਹ ਬਰਾਬਰਤਾ ਕਰਨ ਲੱਗ ਜਾਂਦਾ ਮਹਾਰਾਜ ਦੀ, ਪਰਮਾਤਮਾ ਦੀ। ਪੀਰ ਬੁੱਧੂ ਸ਼ਾਹ ਵੀ ਬਰਾਬਰਤਾ ਕਰਨ ਲੱਗ ਪਿਆ 10ਵੇਂ ਪਾਤਸ਼ਾਹ। ਸਾਰੇ ਚੇਲਿਆਂ ਨੇ ਮੱਥਾ ਟੇਕਿਆ ਮਹਾਰਾਜ ਨੂੰ, ਪੀਰ ਬੁੱਧੂ ਸ਼ਾਹ ਨੇ ਜਾ ਕੇ ਹੱਥ ਮਿਲਾ ਲਿਆ, ਮੱਥਾ ਨਾ ਟੇਕਿਆ, ਵੀ ਮੇਰੇ ਚੇਲੇ ਕੀ ਕਹਿਣਗੇ। ਅੱਗੇ ਉਹ ਕੁਐਸਚਨ ਕਰਦਾ, ਮਹਾਰਾਜ ਫਕੀਰੀ ਕੀ ਤੇ ਰਾਜ ਕੀ? ਭਾਵ ਤੁਸੀਂ ਕਲਗੀ ਲਾਈ ਗੱਦੀ ਤੇ ਬੈਠੇ ਹੋ, ਫਕੀਰ ਵੀ ਬਣੇ ਹੋਏ ਹੋ। ਮਹਾਰਾਜ ਹੱਸ ਕੇ ਕਹਿੰਦੇ ਫਕੀਰੀ ਕੀ ਤੇ ਹਮੈ ਕੀ? ਫਿਰ ਨੀਵੀ ਪਾ ਲਈ, ਕਹਿੰਦੇ ਚੇਲਿਆਂ ਤੋਂ ਡਰ ਗਿਆ ਵੀ ਮੱਥਾ ਟੇਕਿਆ ਤੇ ਚੇਲੇ ਕੀ ਕਹਿਣਗੇ। ਕਹਿੰਦੇ ਇਸੇ ਹਉਮੈ ਨੂੰ ਤਾਂ ਮਾਰਨਾ ਸੀ, ਇਹ ਹਉਮੈ ਤੂੰ ਮਾਰ ਨਹੀਂ ਸਕਿਆ, ਇਸੇ ਕਰਕੇ ਤੈਨੂੰ ਪੂਰਨ ਪ੍ਰਾਪਤੀ ਨਹੀਂ ਹੋਈ। ਫਿਰ ਉੱਠ ਕੇ ਮੱਥਾ ਟੇਕਿਆ, ਕਹਿੰਦੇ ਚੰਗਾ ਹੁਣ ਤੈਨੂੰ ਪ੍ਰਾਪਤੀ ਪੂਰਨ ਹੋ ਜਾਵੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਹਉਮੈ ਕਰਕੇ ਹੀ ਮਨੁੱਖ ਬਰਾਬਰਤਾ ਕਰਨ ਦੀਆਂ ਗੱਲਾਂ ਕਰਦਾ ਸਤਿਗੁਰਾਂ ਦੀਆਂ। ਲੋਕੀ ਹੁਣ ਵੀ ਸਤਿਗੁਰੂ ਦੇ ਬਰਾਬਰਤਾ ਦੀਆਂ ਗੱਲਾਂ ਕਰਨ ਦਾ ਯਤਨ ਕਰਦੇ ਨੇ, ਕਿੱਥੇ ਕੋਈ ਪਹੁੰਚ ਸਕਦਾ? ਟੱਕਰਾਂ ਟੁੱਕਰਾਂ ਮਾਰ ਕੇ ਸਭ ਹਟ ਜਾਂਦੇ ਨੇ, ਬਦਨਾਮ ਹੋ ਜਾਂਦੇ ਨੇ, ਪਰਮਾਤਮਾ ਸੁੱਟ ਦਿੰਦੇ ਨੇ ਉਹਨਾਂ ਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੇ ਅਸਲ ਵਿੱਚ ਹੁਕਮ ਵਿੱਚ ਹੀ ਸਾਰੀ ਖੇਡ ਵਰਤ ਰਹੀ ਹੈ। ਹੁਕਮੀ ਹੁਕਮ ਚਲਾਏ ਰਾਹੋ, ਇਹ ਸਾਰਾ ਬੋਲਣਾ ਦੱਸਿਆ ਹੋਇਆ ਪਹਿਲੀਆਂ ਸੀੜੀਆਂ 'ਚ, ਜਾਂ ਲਿਖ ਕੇ ਵੀ ਰਾਰੇ ਦਾ ਕੰਨਾ ਲੰਮੀ ਆਵਾਜ਼ ਦਾ ਰਾਹ ਜਿੰਨਾ ਮਰਜ਼ੀ ਲੰਮਾ ਕਰੋ, ਹਾਹੇ ਦਾ ਔਂਕੜ, ਪਰ ਔਂਕੜ ਦੀ ਆਵਾਜ਼ ਹਮੇਸ਼ਾ ਹੀ ਛੋਟੀ ਨਹੀਂ ਹੋ, ਇੱਥੇ ਮੁੱਕ ਜਾਂਦੀ ਹੈ। ਖੱਖੇ ਨੂੰ ਜਿਵੇਂ ਪਹਿਲਾਂ ਆਏ ਸੀ ਕੰਨਾ ਖਾ ਜਿੰਨਾ ਮਰਜ਼ੀ ਲੰਮਾ, ਹਾਹੇ ਦੀ ਸਿਹਾਰੀ ਬਹੁਤ ਛੋਟੀ ਹੈ, ਇਹਨੇ ਇੱਥੇ ਮੁੱਕ ਜਾਣਾ। ਇਸ ਕਰਕੇ ਅੱਖਰ ਨੂੰ ਉਸੇ ਹੀ ਢੰਗ ਨਾਲ ਬੋਲਦੇ ਹੋ ਜਿਸ ਤਰ੍ਹਾਂ ਉਹ ਬੋਲਿਆ ਜਾ ਸਕਦਾ। ਜਿਵੇਂ ਆਪਾਂ ਬੋਲਿਆ ਸੀ ਜੁਗਾ ਜੁਗੰਤਰ ਖਾਹੀ ਖਾਹੇ, ਖੱਖੇ ਦੇ ਕੰਨੇ ਨੂੰ ਲੰਮਾ ਕਰਤਾ, ਸਿਹਾਰੀ ਆਪਣੇ ਆਪ ਹੀ ਛੋਟੀ ਬੋਲੀ ਬੋਲ ਗਈ। ਔਂਕੜ ਨੂੰ ਵੀ ਇਸੇ ਤਰ੍ਹਾਂ ਬੋਲ ਜਾਣਾ, ਹੁਕਮੀ ਹੁਕਮ ਚਲਾਏ ਰਾਹੋ। ਜੇ ਆਪਾਂ ਕਹਿੰਦੇ ਹੁਕਮੀ ਹੁਕਮ ਚਲਾਏ ਰਾਹੋ, ਫਿਰ ਹੋਲਾ ਬਣ ਜਾਂਦਾ। ਇਸ ਕਰਕੇ ਰਾਰੇ ਦੇ ਕੰਨੇ ਨੇ ਤਾਂ ਕਹਿਤਾ ਭਾਈ ਮੈਂ ਬਹੁਤ ਲੰਮਾ ਬੋਲਿਆ ਜਾ ਸਕਦਾ, ਔਂਕੜ ਕਹਿੰਦਾ ਮੈਨੂੰ ਜ਼ਿਆਦਾ ਲੰਮਾ ਨਾ ਬੋਲਿਓ ਰਾਹ। ਹੁਕਮੀ ਜੇ ਪਰਮੇਸ਼ੁਰ ਆਪਣੇ ਹੁਕਮ ਅਨੁਸਾਰ ਨਾ ਜੀਵਾਂ ਨੂੰ ਆਪੋ ਆਪਣੇ ਕਰਮਾਂ ਧਰਮਾਂ ਰੂਪੀ ਰਸਤਿਆਂ ਵਿੱਚ ਚਲਾਉਂਦਾ, ਵਰਨ ਆਸ਼ਮਾ ਰੂਪੀ ਰਸਤਿਆਂ 'ਚ ਚਲਾਉਂਦਾ, ਗੁਰਮੁਖਾਂ ਨੂੰ ਗੁਰਮੁਖੀ ਰਸਤੇ ਵਿੱਚ ਤੇ ਮਨਮੁਖਾਂ ਨੂੰ ਮਨਮੁਖਤਾ ਵਾਲੇ ਰਸਤੇ ਚਲਾਉਂਦਾ, ਕਿਸੇ ਨੂੰ ਹਿੰਦੂਆਂ ਵਾਲੇ ਰਸਤੇ ਵਿੱਚ, ਕਿਸੇ ਨੂੰ ਮੁਸਲਮਾਨਾਂ ਵਾਲੇ ਰਸਤੇ 'ਚ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਹ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ ਰਹਾਓ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਪਰਮਾਤਮਾ ਹੁਕਮ ਦੇ ਰਾਹ ਵਿੱਚ ਹੀ ਹਰੇਕ ਜੀਵ ਨੂੰ ਚਲਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਵਿਦਸੈ ਵੇ ਪਰਵਾਹ,
ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿਹੜਾ ਬੇਪਰਵਾਹ ਵਾਹਿਗੁਰੂ ਆ ਨਾ, ਅਸਲ ਵਿੱਚ ਉਹ ਖੇਡ ਖੇਡਦਾ ਸੰਸਾਰ ਦੀ ਬਾਜੀ ਵੀ ਦੇਖ ਰਿਹਾ। ਸੰਸਾਰ ਬਾਜੀ ਨੂੰ ਦੇਖ ਕੇ ਇਸ ਤਰ੍ਹਾਂ ਪ੍ਰਸੰਨ ਹੋ ਰਿਹਾ ਜਿਵੇਂ ਬੱਚਾ ਆਪਣੀ ਖੇਡ ਦੇਖ ਕੇ ਖੁਸ਼ ਹੁੰਦਾ। ਪਰਮਾਤਮਾ ਦੀ ਇਕੱਠ ਕਥਾ ਜੋ ਸਾਰੇ ਜੀਵਾਂ ਨੂੰ ਆਪੋ ਆਪਣੇ ਰਸਤਿਆਂ ਚਲਾ ਰਿਹਾ, ਖੇਡਾਂ ਖੇਡ ਰਿਹਾ। ਆਪਾਂ ਕਹਿੰਦੇ ਹਾਂ ਫਲਾਨਾ ਬੰਦਾ ਐਂ ਕਰ, ਰੱਬ ਉਹਨੂੰ ਐਂ ਨਹੀਂ ਕਰਦਾ, ਨਹੀਂ ਕਰਦਾ, ਉਹਦੀ ਮਰਜ਼ੀ। ਉਹ ਕਹਿੰਦਾ ਪੂਰਾ ਮੈਚ ਦੇਖਣਾ ਮੈਂ, ਜਿਤਾਉਣ ਨੂੰ ਕੀ ਹੈ, ਜਦੋਂ ਮਰਜ਼ੀ ਕਿਸੇ ਨੂੰ ਕੁਛ ਵੀ ਕਰ ਸਕਦਾ, ਉਹਦੀ ਖੇਡ ਹੈ। ਉਹ ਇਹ ਹੁਣ ਦੇਖਦਾ ਜਿਵੇਂ ਹੁਣ ਦਾ ਯੁੱਗ ਚੱਲਦਾ, ਹੁਣ ਉਹਨੇ ਦੇਖਣਾ ਕਿ ਬੰਦਾ ਕਿੰਨਾ ਬੁਰੇ ਤੋਂ ਬੁਰਾ ਬਣ ਸਕਦਾ, ਕੁਛ ਨਹੀਂ ਕਹਿੰਦਾ। ਪਰ ਜਿੱਦਣ ਸਹੀ ਰਸਤੇ ਤੇ ਲਿਆਉਣਾ, ਇੱਕ ਸਕਿੰਟ ਵੀ ਨਹੀਂ ਲਾਉਣਾ, ਸਕਿੰਟ ਤਾਂ ਬਹੁਤ ਜ਼ਿਆਦਾ, ਸਕਿੰਟ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਲੱਗਣਾ। ਇਹ ਪਰਮਾਤਮਾ ਦੀ ਮਿਹਰ ਹੀ ਹੈ, ਉਹਦੀ ਨਦਰ ਹੀ ਹੈ। ਜਿਵੇਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਉਹਨੇ ਸਹੀ ਰਸਤੇ ਤੇ ਲਾਉਣਾ ਬੰਦੇ ਨੂੰ, ਅੰਦਰੋਂ ਹੀ ਪ੍ਰੇਰਣਾ ਦੇ ਦੇਣੀ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਕਿਵੇਂ ਇੱਕ ਅੰਤਰੀ ਭਾਵ ਦੁਆਰਾ ਇਸ ਚੀਜ਼ ਨੂੰ ਸਮਝਣ ਲਈ ਸ੍ਰਵਣ ਕਰੀਏ। ਦੇਦਾ ਦੇ ਲੈਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਹ ਹੁਣ ਇੱਕ ਅੰਤਰੀ ਵਰਥ ਹੈ ਇਹਦਾ। ਕਹਿੰਦੇ ਜੁਗਾ ਜੁਗੰਤਰ ਤੋਂ ਭਾਵ ਵੈਰਾਗ ਹੁੰਦਾ, ਇੱਕ ਵਿਵੇਕ ਹੁੰਦਾ, ਇੱਕ ਖੜ ਸੰਪਤੀ ਹੁੰਦੀ ਹੈ, ਮੋਖ ਇੱਛਾ ਰੂਪ ਯੁੱਗ ਅੰਤਰ ਹੁੰਦਾ। ਚਾਰ ਸਾਧਨਾਂ ਅੰਦਰ ਯੁੱਗ ਜੁੜ ਕੇ ਜਗਿਆਸੂ ਗੁਰਾਂ ਪਾਸ ਆ ਕੇ ਸੇਵਾ ਕਰੇ ਤਾਂ ਦੇਦਾ, ਗੁਰੂ ਸਾਹਿਬ ਜੀ ਨਾਮ ਦਾ ਉਪਦੇਸ਼ ਦਿੰਦੇ ਨੇ, ਫਿਰ ਤਦੋਂ ਇਹ ਜੀਵ ਫਿਰ ਲੈਂਦੇ ਨੇ। ਜਗਿਆਸੂ ਉਪਦੇਸ਼ ਨੂੰ ਲੈ ਕੇ ਖਾਹੀ ਖਾਹੇ, ਸ਼ੁਭ ਗੁਣਾਂ ਦੇ ਖਾਣ ਵਾਲੇ ਕੰਮ ਆਦਿਕ ਆਸਰੀ ਸੰਪਦਾ ਨੂੰ ਖਾਹੇ ਦਾ ਭਾਵ ਹੁੰਦਾ ਅਭਾਵ ਕਰਦੇ ਨੇ। ਮੇਰੇ ਲਈ ਬੋਲਣਾ ਸੌਖਾ, ਮੈਨੂੰ ਸਮਝ ਵੀ ਲੱਗਦੀ, ਪਰ ਜਦੋਂ ਤੱਕ ਇਹ ਚੀਜ਼ਾਂ ਸਾਰੀਆਂ ਵਿਦਾਂਤ ਵਿੱਚ ਆ ਜਾਂਦੀਆਂ ਨੇ, ਉੱਥੋਂ ਫਿਰ ਇਹਨਾਂ ਚੀਜ਼ਾਂ ਨੂੰ ਜੋ ਲਿਆਉਣੇ ਆ। ਖਾਹੇ ਦਾ ਅਰਥ ਹੁੰਦਾ ਖਾਣਾ, ਖਾਹੇ ਦਾ ਅਰਥ ਇੱਕ ਵੱਖਰਾ ਵੀ ਹੁੰਦਾ ਕਿ ਚੀਜ਼ ਨੂੰ ਖਾਹੇ ਦਾ ਅਰਥ ਖਤਮ ਕਰ ਦਿੱਤਾ। ਇਸ ਕਰਕੇ ਆਸਰੀ ਸੰਪਦਾ ਹੁੰਦੀ ਕਾਮ ਕਰੋ ਲੋਭ ਮੋਹ ਹੰਕਾਰ। ਸਤਿਗੁਰੂ ਜੀ ਤੋਂ ਲੈਣ ਵਾਲੇ ਹੋ ਕੇ ਜਦੋਂ ਗੁਰਸਿੱਖਾਂ ਨੇ ਪ੍ਰਾਪਤੀ ਕੀਤੀ ਵੈਰਾਗ ਦੀ, ਵਿਵੇਕ ਦੀ, ਖੜ ਸੰਪਤੀ ਦੀ, ਸਮ ਦਮ ਸਰਧਾ ਤੀਸਰੇ ਸਮਾਧਾਨ ਉਪਰਾਮ ਛਟੀ ਤਤੀਛਾ ਜਾਨੀਆਂ ਭਿੰਨ ਭਿੰਨ ਜਾਂ ਨਾਮ, ਇਹ ਸਾਰਾ ਪਹਿਲਾਂ ਭਰਿਆ ਜਾ ਚੁੱਕਿਆ ਆਤਮਕ ਕਥਾ ਦੇ ਵਿੱਚ। ਸੋ ਇਸ ਕਰਕੇ ਆਤਮਕ ਕਥਾ ਸੁਣਨੀ ਬੜੀ, ਉਹ ਵੀ ਆਪਾਂ ਨੂੰ 10 ਵਾਰੀ ਸੁਣਨੀ ਪੈਣੀ ਤਾਂ ਜਾ ਕੇ ਉਹਦੀ ਇੱਕ ਇੱਕ ਅੱਖਰ ਦੀ ਸਮਝ ਲੱਗਣੀ। ਜਪ ਜੀ ਸਾਹਿਬ ਦੀ ਪਹਿਲੀ ਕਥਾ ਪਹਿਲਾਂ ਇਹਨੂੰ ਸੁਣ ਕੇ ਫਿਰ ਉਹ ਕਥਾ ਸੁਣਨੀ, ਫਿਰ ਉਹਦੇ ਵਿੱਚ ਡੂੰਘਾਈ ਬਹੁਤ ਜ਼ਿਆਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਫਿਰ ਜਿਹੜੇ ਸੰਤ ਮਹਾਤਮਾ ਨੇ ਦੁਨੀਆਂ ਤਾਂ ਖਾਂਦੀ ਨਾ ਪਦਾਰਥਾਂ ਨੂੰ, ਤੇ ਇੱਥੇ ਰੱਬ ਦੇ ਪਿਆਰੇ ਕਹਿੰਦੇ ਨੇ ਦੁਨੀਆਂ ਨੂੰ ਤਾਂ ਦੇਦਾ ਦੇ ਲੈਂਦੇ ਥੱਕ ਪਾਏ, ਦੁਨੀਆਂ ਨੂੰ ਤਾਂ ਦੇਈ ਜਾਂਦਾ ਖਾਣ ਨੂੰ, ਪਹਿਨਣ ਨੂੰ, ਪੈਸਾ ਪਦਾਰਥ, ਉਹ ਦੇਂਦਾ ਦੇ ਲੈਂਦੇ ਥੱਕ ਤੋਂ ਲੈ ਕੇ ਫਿਰ ਖਤਮ ਹੋ ਜਾਂਦੇ, ਸਰੀਰ ਛੱਡ ਜਾਂਦੇ ਨੇ। ਪਰ ਰੱਬ ਦੇ ਪਿਆਰਿਆਂ ਨੂੰ ਦੇਦਾ ਦੇ ਲੈਂਦੇ ਥੱਕ ਪਾਹੇ, ਇਹਨਾਂ ਨੂੰ ਦੇਈ ਜਾਂਦਾ ਵਿਰਾਗ, ਵਿਵੇਕ, ਖੜ ਸੰਮਤੀ, ਮੋਖ ਇੱਛਾ। ਇਹ ਲੈ ਕਰਕੇ ਰੱਬ ਦੇ ਪਿਆਰੇ ਉਹਦਾ ਆਨੰਦ ਮਾਣਦੇ ਨੇ ਜੀਵ ਦਾ। ਸੋ ਇਹ ਲੈ ਕਰਕੇ ਥੱਕ ਪਾਹੇ, ਥੱਕ ਹੁੰਦਾ ਰੁਕ ਜਾਣਾ, ਉਧਰੋਂ ਵਿਕਾਰਾਂ ਵੱਲੋਂ ਰੁਕ ਕੇ ਉਹ ਦਿੱਤੀ ਹੋਈ ਦਾਤ ਸ਼ੁਭ ਗੁਣਾਂ ਦੀ ਉਹਨਾਂ ਨੂੰ ਕਮਾਉਣ ਲੱਗ ਜਾਂਦੇ ਨੇ, ਤੇ ਇੱਕ ਵਾਰੀ ਕਮਾਈ ਕਰਕੇ ਯੁੱਗਾਂ ਤੱਕ ਖਾਣ ਜੋਗਾ ਜਮ੍ਹਾਂ ਕਰ ਲੈਂਦੇ ਨੇ, ਭਾਵ ਲੰਬੇ ਸਮੇਂ ਤੱਕ ਨਾਮ ਰਸ ਨੂੰ ਇਕੱਤਰ ਕਰ ਲੈਂਦੇ ਨੇ। ਖਾਣੇ ਯੋਗ ਬ੍ਰਹਮਾਨੰਦ ਨੂੰ ਖਾਹੇ ਦਾ ਅਰਥ ਹੁੰਦਾ ਧਾਰਨ ਕਰਨਾ, ਤਾਂ ਥੱਕ ਪਾਹੇ, ਤਾਂ ਜਨਮ ਮਰਨ ਵੱਲੋਂ ਰਹਿਤ ਹੁੰਦੇ, ਥੱਕ ਗਏ ਜਨਮ ਮਰਨ ਤੋਂ ਭਾਵ ਰਹਿਤ ਹੋ ਗਏ, ਹੁਣ ਜਨਮ ਮਰਨ ਨਹੀਂ ਹੈ, ਇਸ ਤਰ੍ਹਾਂ ਉਹਦੀ ਪ੍ਰਾਪਤੀ ਹੁੰਦੀ ਹੈ। ਹੁਕਮੀ ਕੌਣ ਹੈ? ਇੱਥੇ ਗੁਰੂ ਸਾਹਿਬ ਜੀ ਆਪਣੇ ਹੁਕਮ ਅਨੁਸਾਰ ਗੁਰਸਿੱਖਾਂ ਨੂੰ ਵਿਰਾਗ ਗਿਆਨ ਰੂਪੀ ਰਸਤੇ ਚਲਾਉਂਦੇ ਨੇ, ਤੇ ਮਹਾਰਾਜ ਕਥਨ ਕਰਦੇ ਉਹ ਉੱਤਮ ਜਗਿਆਸੂ ਬੇਪਰਵਾਹ ਪਰਮੇਸ਼ਰ ਨੂੰ ਪਾ ਕੇ ਫਿਰ ਆਨੰਦ ਹੋ ਜਾਂਦੇ ਨੇ। ਨਾਨਕ ਵਿਗਸੈ ਬੇਪਰਵਾਹ, ਇਉਂ ਤੀਸਰੀ ਪੌੜੀ ਵਿੱਚ 149 ਅੱਖਰ ਕੁੱਲ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਇਸ ਤਰ੍ਹਾਂ ਸਤਿਗੁਰੂ ਨੇ ਅੰਤਰੀ ਭਾਵ ਵੀ ਦੱਸੇ ਦੇ ਵਿੱਚ, ਅੰਤਰੀ ਭਾਵ ਸਿਰਫ ਅੰਤਰੀ ਭਾਵ ਜੇ 100 ਜਣਾ ਬੈਠਾ ਉਹ ਚ ਇੱਕ ਜਣਾ ਅੰਤਰੀ ਭਾਵ ਦਾ ਜਗਿਆਸੂ ਹੁੰਦਾ, ਪਰ ਦੇਖ ਲੈਣਾ ਚੰਗਾ ਹੁੰਦਾ, ਸੁਣ ਲੈਣਾ ਚੰਗਾ ਹੁੰਦਾ, ਹੋ ਸਕਦਾ ਕਦੇ ਆਪਣੀ ਵੀ ਅਵਸਥਾ ਉੱਥੇ ਚਲੀ ਜਾਵੇ। ਅੰਤਰੀ ਵਰਥਾਂ ਦਾ ਇੱਕ ਵੱਖਰਾ ਹੀ ਆਨੰਦ ਹੈ,
ਜਿਹੜੇ ਫਿਰ ਮਹਾਂਪੁਰਸ਼ਾਂ ਦੇ ਨਾਲ ਰਹਿਣ ਵਾਲੇ ਹੁੰਦੇ ਨੇ ਪ੍ਰੇਮੀ। ਸੋ ਜਿਵੇਂ ਸੰਤ ਬਾਬਾ ਜਗਜੀਤ ਸਿੰਘ ਜੀ ਨੇ ਉਹਨਾਂ ਨਾਲ ਜਿਹੜੇ ਪ੍ਰੇਮੀ ਰਹਿੰਦੇ ਨੇ, ਟਕਸਾਲਾਂ ਵਿੱਚ ਰਹਿੰਦੇ ਨੇ, ਜਾਂ ਹੋਰ ਕਿਸੇ ਸੰਪਰਦਾਵਾਂ 'ਚ ਰਹਿਣ ਵਾਲੇ ਸੰਤਾਂ ਮਹਾਤਮਾ ਨਾਲ ਨੇ, ਜਾਂ ਕਈ ਫਿਰ ਡੂੰਘਾਈ ਨਾਲ ਵਿਚਾਰ ਕਰਨ ਵਾਲੇ ਵਿਦਵਾਨ ਨੇ, ਉਹ ਅੰਤਰੀਵ ਅਰਥਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਕਿ ਇਹ ਸਾਡੇ ਮਤਲਬ ਦੀ ਗੱਲ ਕੀਤੀ। ਜੇ ਦੁਨਿਆਵੀ ਲੋਕਾਂ ਕੋਲ ਅਰਥ ਕਰੀਏ, ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਸਿਰਫ ਪਦਾਰਥਾਂ ਤੱਕ ਹੀ ਸੋਚਦੇ ਨੇ ਵੀ ਪਤਾ ਨਹੀਂ ਪਰਮਾਤਮਾ ਪਦਾਰਥ ਹੀ ਦਿੰਦਾ ਤੇ ਅਸੀਂ ਲੈ ਕੇ ਥੱਕ ਜਾਂਦੇ, ਭਾਵ ਚੜ੍ਹਾਈਆਂ ਕਰ ਜਾਂਦੇ ਹਾਂ, ਜੁਗਾਂ ਜੁਗਾਂ 'ਚ ਬੰਦਾ ਖਾਂਦਾ, ਆਪਾਂ ਇੰਨਾ ਹੀ ਅਰਥ ਸੋਚਣਾ। ਪਰ ਜਦੋਂ ਰੱਬ ਦੇ ਪਿਆਰਿਆਂ ਅਰਥ ਸੋਚਣਾ, ਕਹਿੰਦੇ ਦੇਦਾ ਦੇ ਲੈਂਦੇ ਥੱਕ ਪਾਏ, ਉਹ ਵਾਹਿਗੁਰੂ ਦੇਣ ਵਾਲਾ ਹੋ ਕੇ ਨਾਮ ਦਾਨ, ਸਿੱਖੀ ਦਾਨ, ਭੋਸਾ ਦਾਨ ਸਭ ਦਿੰਦਾ ਹੈ, ਤੇ ਲੈਣ ਵਾਲਾ ਉਹਦੇ ਨਾਮ ਲੈ ਕੇ ਅੰਮ੍ਰਿਤਸਰ ਕੇ ਦਰਸ਼ਨ ਇਸ਼ਨਾਨ ਕਰਕੇ ਥੱਕ ਪਾਏ ਦਾ ਮਤਲਬ ਜਨਮ ਮਰਨ ਕੱਟ ਲੈਂਦਾ ਆਪਣਾ, ਤੇ ਜੁਗਾਂ ਜੁਗੰਤਰ ਖਾਹੀ ਖਾਏ। ਸੋ ਜੁਗਾਂ ਜੁਗੰਤਰ ਤੱਕ ਜਗਿਆਸੂ ਉਪਦੇਸ਼ ਲੈਣ ਵਾਲੇ ਹੋ ਕੇ ਉਪਦੇਸ਼ ਲੈ ਕੇ ਕਾਮ ਕ੍ਰੋਧ ਦਾ ਆਪਣੇ ਅੰਦਰੋਂ ਖਤਮ ਕਰਕੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਖਾ ਹੀ ਲੈਂਦੇ ਨੇ, ਵਿਸ਼ਿਆਂ ਨੂੰ ਖਤਮ ਕਰ ਦਿੰਦੇ ਨੇ ਅਤੇ ਪਰਮਾਤਮਾ ਵਿੱਚ ਲੀਨ ਹੋ ਕੇ ਸਤਿਗੁਰੂ ਦੀ ਆਗਿਆ ਅਨੁਸਾਰ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ, ਪਰਮੇਸ਼ਰ ਦੀ ਪ੍ਰਾਪਤੀ ਕਰਕੇ ਆਨੰਦ ਵਿੱਚ ਚਲੇ ਜਾਂਦੇ। ਬੇਪਰਵਾਹ ਵਿਗਸ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਬੇਪਰਵਾਹ ਹੋ ਜਾਂਦੇ ਨੇ, ਖੁਸ਼ ਰਹਿੰਦੇ ਸਦਾ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪ੍ਰਵਾਹ, ਨਾ ਹੀ ਕਿਸੇ ਤੇਰੀ ਬਾਝ ਸੱਚੇ ਨਾਹ, ਨਾ ਹੀ ਨਹੀਂ ਕਹਿਣ ਨਾਹ, ਨੰਨੇ ਕੰਨਾ ਹਾਹ ਮੁਕਤਾ, ਨਾਹ ਮਤਲਬ ਪਤੀ ਪਰਮਾਤਮਾ। ਇਉਂ ਸਤਿਗੁਰੂ ਮਹਾਰਾਜ ਨੇ ਤੀਸਰੀ ਪੌੜੀ ਦੇ ਅੰਦਰ ਬਖਸ਼ਿਸ਼ਾਂ ਕੀਤੀਆਂ ਨੇ। ਪਹਿਲਾਂ ਜਦੋਂ ਕਥਾ ਹੋਈ ਸੀ ਉਹ ਤਾਂ ਇੱਕ ਪੌੜੀ ਹੀ ਪੰਜ ਪੰਜ ਦਿਨ ਚੱਲਦੀ, ਦਸ ਦਸ ਦਿਨ ਕਈ ਵਾਰ ਲੰਘ ਜਾਣੇ। ਹੁਣ ਆਪਾਂ ਸਿਰਫ ਕੋਸ਼ਿਸ਼ ਕਰਦੇ ਹਾਂ ਕਿ ਇੱਕੋ ਦਿਨ ਦੇ ਵਿੱਚ ਦੋ ਦੋ ਪੌੜੀਆਂ ਵੀ ਹੋ ਜਾਣ ਜਾਂ ਇੱਕ ਪੌੜੀ ਹੋਵੇ, ਤਾਂ ਕਿਤੇ ਜਾ ਕੇ ਵੀ ਬਿਲਕੁਲ ਸਾਦੇ ਹੀ ਅਰਥ ਨੇ। ਸੰਗਤ ਨੇ ਤਾਂ ਕਹਿਣਾ ਸਾਡੇ ਲਈ ਬਹੁਤ ਅੱਛਾ ਵੀ ਬਿਲਕੁਲ ਸਾਦਾ, ਪਰ ਜਿਹੜੇ ਵਿਦਵਾਨ ਬੈਠੇ ਨੇ ਥਾਂ ਥਾਂ ਦੇ ਉੱਤੇ, ਉਹ ਫਿਰ ਮੇਰੇ ਵਰਗੇ ਨੂੰ ਕਹਿਣਗੇ ਤੈਨੂੰ ਆਉਂਦਾ ਹੀ ਕੁਛ ਨਹੀਂ, ਤੂੰ ਤਾਂ ਸੁਣਾਇਆ ਹੀ ਕੁਛ ਨਹੀਂ, ਇਹ ਨਿਆਣਿਆਂ ਨੂੰ ਅਰਥ ਕਰਕੇ ਆ ਗਏ ਛੋਟੇ ਛੋਟੇ। ਫਿਰ ਇਸ ਕਰਕੇ ਉਹਨਾਂ ਤੋਂ ਵੀ ਡਰ ਲੱਗਦਾ, ਮਾੜਾ ਮੋਟਾ ਉਹਨਾਂ ਵਾਸਤੇ ਵੀ ਚੋਗਾ ਰੱਖੀ ਦਾ ਵੀ ਨਹੀਂ ਐਂ ਤਾਂ ਮੈਨੂੰ ਪਤਾ ਇਸ ਗੱਲ ਦਾ ਵੀ ਆਪਾਂ ਅੰਤਰੀਵ ਭਾਵ ਸੁਣਾਉਣੇ ਆ। ਪਰ ਜਿਹੜੀ ਸੰਗਤ ਨਵਾਂ ਵਿਦਿਆਰਥੀ ਹੈ ਬਿਲਕੁਲ ਹੀ, ਉਹਨੂੰ ਤਾਂ ਬਹੁਤਾ ਹੀ ਨਿਆਣਿਆਂ ਵਾਂਗੂ ਉੜਾ ਉੜਾ ਪੜਾਉਣਾ ਪੈਂਦਾ, ਇਸ ਕਰਕੇ ਸਾਦੇ ਸਾਦੇ ਅਰਥ ਸਰਵਣ ਇੱਥੇ ਕਰਨੇ, ਫਿਰ ਦੂਜੀ ਸੀੜੀ ਜਪ ਜੀ ਸਾਹਿਬ ਦੀ ਫਿਰ ਉਹਦੇ 'ਚ ਕਰਨੇ। ਫਿਰ ਕਿਤੇ ਸਮਾਂ ਬਣ ਗਿਆ ਇਹ ਸਾਰੀ ਕਥਾ ਤੋਂ ਬਾਅਦ, ਫਿਰ ਇੱਕ ਵਾਰ ਜਪ ਜੀ ਸਾਹਿਬ ਦੀ ਜ਼ਿਆਦਾ ਕਥਾ ਕਰਾਂਗੇ, ਜ਼ਿਆਦਾ ਜੇ ਮਹਾਰਾਜ ਨੂੰ ਭਾਇਆ ਤਾਂ। ਹੁਣ ਜਿਹੜੀ ਭਰੀ ਸੀ ਪਹਿਲਾਂ ਉਹ 60% ਹੀ ਹੈ, ਅਤੇ ਜੇ ਫਿਰ 100% ਤਾਂ ਨਹੀਂ ਕਰ ਸਕਦਾ ਕੋਈ, 90% ਤੱਕ ਫਿਰ ਕਰਕੇ ਸਾਰਿਆਂ ਵਾਸਤੇ ਸਾਂਝੀ ਸੰਪੂਰਨ ਕਥਾ ਸਤਿਗੁਰੂ ਆਪੇ ਕਰਾਉਣ ਸਿਰ 'ਤੇ ਹੱਥ ਰੱਖ ਕੇ। ਕਿਉਂ ਗੁਰਾਂ ਨੇ ਆਪਾਂ ਨੂੰ ਇਸ ਪੌੜੀ ਦੇ ਰਾਹੀਂ ਕਿਹਾ, ਆ ਰੱਬ ਦਾ ਅੰਤ ਪਾਉਣ ਦਾ ਯਤਨ ਨਾ ਕਰੋ ਕਿਸੇ ਗੱਲ ਰਾਹੀਂ, ਜੋ ਗੁਰਾਂ ਨੇ ਕਿਹਾ ਉਹ ਮੰਨ ਕੇ ਜਸ ਕਰੋ ਬਸ, ਵਾਹ ਵੀ ਰੱਬਾ ਸਾਨੂੰ ਆਹ ਦਿੱਤਾ ਕਰਕੇ ਉਹਦਾ ਜਸ ਕਰੀ ਜਾਓ। ਜਸ ਕਰਦਿਆਂ ਕਰਦਿਆਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਾਂ ਉਹਦੇ ਗੁਣਾਂ ਦਾ ਗਾਇਨ ਨਾਮ ਦਾ ਜਾਪ ਹਰ ਵਕਤ ਕਰਦੇ ਰਹੀਏ ਸਤਿਗੁਰੂ ਮਹਾਰਾਜ ਦਾ। ਸੋ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਹੈ, ਸੰਸਾਰ ਭਰ 'ਚ ਮਨਾ ਰਹੀਆਂ ਸੰਗਤਾਂ, ਤੋ ਸ਼ਾਮ ਨੂੰ ਮਹਾਰਾਜ ਦੀ ਸ਼ਹੀਦੀ ਸੰਬੰਧ ਵਿੱਚ ਵੀ ਵਿਚਾਰਾਂ ਕਰਾਂਗੇ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ 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 ਸਭ ਜਗਤ ਭਇਓ, ਜੈ 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 ਸੁਰਲੋਕ। ਕਿਉਂ ਮਹਾਰਾਜ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਪਾਈ, ਭਾਈ ਮਤੀ ਦਾਸ ਜੀ ਨੇ, ਭਾਈ ਦਿਆਲਾ ਜੀ ਨੇ, ਭਾਈ ਸਤੀ ਰਾਮ ਜੀ ਨੇ, ਔਰ ਬਾਬਾ ਬੁੱਢਾ ਜੀ ਦੇ ਕੋਲ ਵਿੱਚੋਂ ਭਾਈ ਗੁਰਦਿੱਤਾ ਜੀ ਹੋਇਆ ਇੱਕ, ਉਹ ਵੀ ਮਹਾਰਾਜ ਦੇ ਨਾਲ ਸੀ, ਉਹਨੂੰ ਸਤਿਗੁਰੂ ਨੇ ਭਾਈ ਜੈਤਾ ਜੀ ਨਾਲ ਜੇਲ੍ਹ 'ਚੋਂ ਬਾਹਰ ਕੱਢ ਦਿੱਤਾ ਸੀ। ਕਹਿੰਦੇ ਮਹਾਰਾਜ ਮੈਨੂੰ ਕੀ ਹੁਕਮ ਹੈ? ਕਹਿੰਦੇ ਜਿਵੇਂ ਤੇਰਾ ਚਿੱਤ ਕਰੇ ਕਰ ਲਈ। ਉਹਨੇ ਜਦ ਸੁਣਿਆ ਕਿ ਨੌਵੇਂ ਪਾਤਸ਼ਾਹ ਸ਼ਹੀਦ ਹੋ ਗਏ ਨੇ, ਉਹਨੇ ਵੀ ਇਸ਼ਨਾਨ ਕੀਤਾ, ਜਪਜੀ ਸਾਹਿਬ ਪੜ੍ਹ ਕੇ ਚਾਦਰ ਲੈ ਕੇ ਸਰੀਰ ਛੱਡ ਗਿਆ ਸੀ ਉਹ ਵੀ। ਇਉਂ ਚੌਥੀ ਸ਼ਹੀਦੀ ਇਹ ਵੀ ਹੈਗੀ, ਇਹ ਆਮ ਨਹੀਂ ਪਤਾ, ਕਥਾ ਸੁਣਨ ਵਾਲਿਆਂ ਨੂੰ ਪਤਾ। ਸੋ ਇਹ ਚਾਰ ਗੁਰਸਿੱਖਾਂ ਦੀਆਂ ਸ਼ਹੀਦੀਆਂ, ਨਾਲ ਮਹਾਰਾਜ ਦੀ ਸ਼ਹੀਦੀ, ਇਸ ਸ਼ਹੀਦੀ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਹੀ ਪਲਟਾ ਮਾਰ ਦਿੱਤਾ, ਔਰ ਨਰੰਗਾ ਫਿਰ ਦਿੱਲੀ 'ਚ ਨਹੀਂ ਟਿਕ ਸਕਿਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਸਤਿਗੁਰੂ ਦੇ ਭਾਣੇ ਅੰਦਰ ਸਾਰਾ ਕੁਛ ਹੋਇਆ। ਪੰਜਵਿਆਂ ਨੇ ਸ਼ਹੀਦੀ ਪਾਈ, ਨੌਵਿਆਂ ਨੇ ਪਾਈ,
ਫਿਰ ਖੰਡੇ ਵੀ ਖੜਕਾਏ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਆਪਣੇ ਤੇ, ਸ਼ਾਮ ਨੂੰ ਸਰਵਣ ਕਰਾਂਗੇ, ਆਓ ਇੱਕ ਮਨ ਹੋ ਕੇ ਹੁਣ ਪਰਮਾਤਮਾ ਦਾ ਨਾਮ ਲਈਏ, ਵਾਹਿਗੁਰੂ ਦੀਆਂ ਖੁਸ਼ੀਆਂ ਲਈਏ। ਵਾਹਿਗੁਰੂ 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 ਵਾਹਿਗੁਰੂ